ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਜਸ ਪੰਜਾਬੀ ਦੇ ਸ਼ੋਅ ਫਾਇਰ ਲਾਈਨ ਦੇ ਵਿੱਚ। ਔਰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਾਨ ਹੋਵੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਕੁਝ ਆਪਣੇ ਆਲੇ ਦੁਆਲੇ ਦੇ ਵਿੱਚ ਵਾਪਰ ਰਿਹਾ, ਜੋ ਕੁਝ ਵੀ ਉਹਦੇ ਅਸਲ ਦੇ ਵਿੱਚ ਪਿੱਛੇ ਉਹਦੇ ਜਿਹੜੀ ਕਹਾਣੀ ਕੀ ਹੈ, ਕਿਉਂ ਵਾਪਰਿਆ, ਉਹਦੇ ਇੰਪੈਕਟ ਜਿਹੜੇ ਉਹ ਕੀ ਹੋ ਸਕਦੇ ਨੇ। ਅੱਜ ਦੇ ਇਸ ਫਾਇਰ ਲਾਈਨ ਦੇ ਵਿੱਚ ਪੰਜਾਬੀ ਪੱਤਰਕਾਰੀ ਦੇ ਖੇਤਰ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੀ ਪੱਤਰਕਾਰੀ, ਜਿਹੜੀ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਜਿਹੜੀ ਡਿੱਗ ਕਰਕੇ ਸਟੋਰੀ ਲਾਉਣੀ, ਉਹ ਬਹੁਤ ਸਾਰੇ ਜਿਹੜੇ ਪੱਤਰਕਾਰ ਨੇ ਅੱਜ ਕੱਲ੍ਹ ਉਹਨਾਂ ਨੂੰ ਉਹਦੀ ਸਮਝ ਵੀ ਬਹੁਤ ਘੱਟ ਹੈ ਕਿ ਡਿੱਗ ਕਰਨੀ ਸਟੋਰੀ ਕੀ ਹੁੰਦੀ ਹੈ। ਅਸਲ ਦੇ ਵਿੱਚ ਪੱਤਰਕਾਰੀ ਉਹੀ ਸਮਝੀ ਜਾਂਦੀ ਹੈ, ਪ੍ਰੈਸ ਰਿਲੀਜ਼ ਜਿਹੜੀ ਉਹ ਲਾ ਦੇਣੀ, ਚੁੱਕ ਲਿਆਉਣੀ, ਇਸੇ ਕਰਕੇ ਉਹ ਜਿਹੜਾ ਫਲੇਵਰ ਹੁੰਦਾ ਸੀਗਾ ਉਹ ਖਬਰਾਂ ਦਾ ਬਹੁਤ ਘੱਟ ਗਿਆ। ਪਰ ਕੁਝ ਅਦਾਰੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਅੱਜ ਵੀ ਉਹ ਫਲੇਵਰ ਜਿਹੜਾ ਉਹ ਕਾਇਮ ਹੈ, ਔਰ ਪੰਜਾਬ ਦੇ ਵਿੱਚ ਰਹਿ ਕੇ ਧੜੱਲੇ ਦੇ ਨਾਲ ਜਿਹੜੀ ਉਹ ਪੱਤਰਕਾਰੀ ਕਰਨੀ ਔਰ ਠੋਕ ਵਜਾ ਕੇ ਆਪਣੀ ਗੱਲ ਕਰਨੀ, ਉਹਦੇ ਵਿੱਚ ਕੁਝ ਪੱਤਰਕਾਰ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਨਾਮਵਰ, ਜਿਨ੍ਹਾਂ ਨੇ ਪੱਤਰਕਾਰੀ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਕਾਇਮ ਰੱਖਿਆ ਜਦੋਂ ਤੋਂ ਉਹ ਇਸ ਖੇਤਰ ਦੇ ਵਿੱਚ ਆਏ ਨੇ। ਔਰ ਇਸੇ ਤਰ੍ਹਾਂ ਦੀ ਇੱਕ ਸ਼ਖਸੀਅਤ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਦਵਿੰਦਰ ਪਾਲ ਜੀ ਨੇ, ਟ੍ਰਿਬਿਊਨ ਅਦਾਰੇ ਦੇ ਨਾਲ ਉਹ ਕੰਮ ਕਰਦੇ ਨੇ ਪ੍ਰੋਗਰਾਮ 'ਚ। ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਪਹਿਲਾਂ ਤਾਂ ਮੈਂ ਥੋੜ੍ਹਾ ਜਿਹਾ ਬਰੀਫਲੀ ਜਾਣਨਾ ਚਾਹੁੰਦਾ ਦਵਿੰਦਰ ਪਾਲ ਜੀ, ਬਹੁਤ ਸਾਰੇ ਲੋਕ ਤੁਹਾਨੂੰ ਜਾਣਦੇ ਆ ਜੀ, ਕਿਹੜੀ ਵਜ੍ਹਾ ਕਰਕੇ ਜਾਣਦੇ, ਉੱਧਰ ਵੀ ਜਾਣਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਰੜਕਦੀ ਆ, ਜਦੋਂ ਪੱਤਰਕਾਰੀ ਰੜਕਦੀ ਆ ਫਿਰ ਪੱਤਰਕਾਰੀ ਉਹੀ ਆ। ਕਿੰਨੇ ਕੁ ਦੇਰ ਤੋਂ ਤੁਸੀਂ ਇਸ ਖੇਤਰ ਦੇ ਵਿੱਚ ਜਿਹੜਾ ਜੀ ਆਏ ਇਸ ਪੱਤਰਕਾਰੀ ਦੇ ਖੇਤਰ? ਪੱਤਰਕਾਰਤਾ ਦੇ ਵਿੱਚ ਮੈਂ 1996 ਤੋਂ ਸ਼ੁਰੂ ਕੀਤਾ ਕੰਮ, 2004 ਤੋਂ ਮੈਂ ਪੰਜਾਬੀ ਟ੍ਰਿਬਿਊਨ ਨਾਲ ਜੁੜਿਆ ਹੋਇਆ। ਠੀਕ ਠੀਕ, ਅੱਜ ਤੱਕ ਪੰਜਾਬੀ ਟ੍ਰਿਬਿਊਨ 'ਚ ਹੀ ਕੰਮ ਕਰ ਰਿਹਾ। ਬੜੀ ਵਾਰੀ ਮੈਨੂੰ ਪਤਾ ਕਿ ਤੁਸੀਂ ਉਹ ਮੁਸ਼ਕਲ ਦੌਰ ਦੇ ਵਿੱਚੋਂ ਵੀ ਜਿਹੜਾ ਜੀ ਉਹ ਲੰਘੇ, ਜਿਹਦੇ ਵਿੱਚ ਜਾਨਲੇਵਾ ਹਮਲੇ ਤੱਕ ਜਿਹੜਾ ਜੀ ਹੋਏ। ਅਕਸਰ ਇਹ ਕਿਹਾ ਜਾਂਦਾ ਕਿ ਜਿਹੜੀ ਪੱਤਰਕਾਰੀ ਆ ਉਹ ਉਸਤਰਿਆਂ ਦੀ ਮਾਲਾ ਗਲ 'ਚ ਪਾਉਣ ਵਾਲੀ ਹੈ। ਸੋ ਜਿਹੜੀ ਵੀ ਪੱਤਰਕਾਰੀ ਜਿਹੜੀ ਰੜਕਦੀ ਹੈ ਕਿ ਉਹਨੂੰ ਇਹ ਮੁਸੀਬਤਾਂ ਮੁਸ਼ਕਲਾਂ ਜਿਹੜੀਆਂ ਉਹ ਸਹਿਣੀਆਂ ਪੈਂਦੀਆਂ ਹੀ ਆ, ਜ਼ਰੂਰੀ ਹੈ ਇਹ, ਉਹਦਾ ਪਾਰਟ ਹੈ। ਮੈਂ ਉਹਦੇ 'ਚ ਥੋੜ੍ਹਾ ਜਿਹਾ ਇਹ ਸਮਝਦਾ ਹੈ, ਪ੍ਰੋਫੈਸ਼ਨ ਕੋਈ ਵੀ ਹੋਵੇ, ਜਦੋਂ ਤੁਸੀਂ ਆਪਦੀ ਰਾਹ 'ਤੇ ਚੱਲਦੇ ਹੋ ਉਹਦੇ 'ਚ ਰੋੜੇ ਤਾਂ ਅੜਕਾਉਣ ਵਾਲੇ ਮਿਲਣਗੇ ਤੁਹਾਨੂੰ ਜੀ, ਇਹ ਤਾਂ ਤੁਸੀਂ ਰਾਹ ਚੁਣਨਾ। ਜਦੋਂ ਤੁਸੀਂ ਰਾਹ ਚੁਣੀ ਲਿਆ ਉਹ 'ਚ ਰੁਕਾਵਟਾਂ ਦੀ ਫਿਰ ਪਰਵਾਹ ਨਾ ਕਰੋ, ਫਿਰ ਕੋਈ ਗੱਲ ਨਹੀਂ, ਜੋ ਹੋਊ ਸੋ ਦੇਖੀ ਜਾਓ। ਪਰ ਹਾਂ, ਇੱਕ ਹੈ, ਬੰਦੇ ਦੀ ਨੀਅਤ 'ਚ ਖੋਟ ਨਹੀਂ ਹੋਣੀ ਚਾਹੀਦੀ ਜੀ। ਜਦੋਂ ਨੀਅਤ 'ਚ ਖੋਟ ਹੋਊ ਫਿਰ ਤੁਹਾਨੂੰ ਕੁਦਰਤ ਸਾਥ ਨਹੀਂ ਦਿਊ। ਮੈਂ ਇਹ ਮੰਨਦਾ ਵੀ ਜੇ ਤੁਹਾਡੀ ਨੀਅਤ ਸਾਫ਼ ਹੈ ਨਾ ਤਾਂ ਕੁਦਰਤ ਸਾਫ਼ ਦਿੰਦੀ ਹੈ, ਫਿਰ ਤੁਸੀਂ ਸੱਚ ਦੇ ਮਾਰਗ 'ਤੇ ਚੱਲੋ, ਕੋਈ ਗੱਲ ਨਹੀਂ, ਫਿਰ ਠੀਕ ਹੀ ਹੋਊ, ਰਿਜ਼ਲਟ ਠੀਕ ਹੋਊ ਅਲਟੀਮੇਟਲੀ। ਦਵਿੰਦਰਪਾਲ ਜੀ, ਆਪਾਂ ਗੱਲਬਾਤ ਜਿਹੜੀ ਉਹ ਸ਼ੁਰੂ ਕਰਦੇ ਹਾਂ। ਅੱਜ ਕੱਲ੍ਹ ਜਿਹੜੇ ਵਾਅਦੇ ਨੇ ਉਹ ਬੜੇ ਵੱਡੇ ਵੱਡੇ ਜਿਹੜੇ ਜੀ ਉਹ ਹੋਣ ਲੱਗ ਗਏ, ਆਹ ਵੀ ਹੋ ਜੂ, ਆਹ ਵੀ ਹੋ ਜੂ। ਪੰਜ ਰਾਜਾਂ ਦੀਆਂ ਚੋਣਾਂ ਹੋਈਆਂ ਨੇ, ਆਪਾਂ ਉਹਦੇ ਵਿੱਚ ਵੀ ਦੇਖਿਆ ਵੀ ਚਿੜੀਆਂ ਦਾ ਦੁੱਧ ਵੀ ਜਿਹੜਾ ਜੀ ਉਹ ਲੈ ਆਉਣਗੇ, ਕੁਰਸੀ ਚਾਹੀਦੀ ਹੈ, ਹਾਂ ਲੱਸੀ ਵੀ ਲੈ ਆਉਣਗੇ, ਕੁਛ ਵੀ ਜਿਹੜਾ ਜੀ, ਮਤਲਬ ਕਿ ਐਨੀਥਿੰਗ ਤੁਸੀਂ ਜੋ ਸੋਚ ਲਓ ਉਹ। ਪੰਜਾਬ ਦੇ ਵਿੱਚ ਜਦੋਂ ਸਰਕਾਰ ਬਣੀ, ਇਹਨੂੰ ਮੈਂ ਪੀ ਕੇ ਨੂੰ ਮੈਂ ਵਾਅਦਾ ਕਹਿੰਦਾ ਜੀ, ਜਿਹੜੇ ਪ੍ਰਸ਼ਾਂਤ ਕਿਸ਼ੋਰ ਸੀਗੇ, ਆਹ ਵੀ ਕਰ ਦਿਓ, ਆਹ ਵੀ ਕਰ ਦਿਓ, ਸਾਰਾ ਕੁਛ ਕਰਦੇ। ਜਦੋਂ ਪੰਜਾਬ 'ਚ ਸਰਕਾਰ ਬਣੀ ਉਦੋਂ ਵੀ ਇੰਨੇ ਢੇਰ ਸਾਰੇ ਜਿਹੜੇ ਉਹ ਵਾਅਦੇ ਕੀਤੇ ਗਏ। ਹੁਣ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਵੀ ਸਾਲ ਡੇਢ ਸਾਲ ਦਿਓ ਸਰਕਾਰ ਨੂੰ, ਕਿਉਂਕਿ 10 ਸਾਲਾਂ 'ਚ ਕੋਈ ਸ਼ੱਕ ਨਹੀਂ, ਢਾਂਚਾ ਬਹੁਤ ਖਰਾਬ ਹੋਇਆ। ਹੁਣ ਉਹ ਸਮਾਂ ਜਿਹੜਾ ਜੀ ਤਕਰੀਬਨ ਆ ਗਿਆ, 2 ਸਾਲ ਜਿਹੜੇ ਜੀ ਉਹ ਕੰਪਲੀਟ ਹੋ ਜਾਣੇ ਆ ਫਰਵਰੀ ਐਂਡ ਦੇ ਵਿੱਚ ਜਿਹੜਾ ਜੀ ਉਹ ਸਰਕਾਰ ਨੂੰ। ਕਿਵੇਂ ਦੇਖਦੇ ਹੋ ਤੁਸੀਂ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ? ਇਹ ਬੜੀ, ਤੁਸੀਂ ਪੰਜਾਬ ਦੇ ਨਾ 3 ਕਰੋੜ ਲੋਕਾਂ ਦੀ ਦੁੱਖ ਦੀ ਰਗ 'ਤੇ ਹੱਥ ਧਰਿਆ ਮੈਂ ਸਮਝਦਾ ਹਾਂ, ਕਿਉਂਕਿ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਪਿਛਲੇ 10 ਸਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਪਾਰਟੀਆਂ ਦਾ ਜਿਹੜਾ ਰਾਜ ਸੀ, ਲੋਕ ਉਸ ਰਾਜ ਤੋਂ ਅੱਕੇ ਹੋਏ ਸੀ ਜੀ। ਮੇਨਲੀ ਚਲੋ ਆਪਾਂ, ਤੁਸੀਂ ਵੀ ਲੋਕਾਂ 'ਚ ਰਹਿੰਦੇ ਹੋ, ਅਸੀਂ ਵੀ ਲੋਕਾਂ 'ਚ ਰਹਿੰਦੇ ਹਾਂ, ਲਿਖਦੇ ਵੀ ਹਾਂ, ਆਪਾਂ ਸੁਣਦੇ ਵੀ ਹਾਂ, ਜਿਹੜੇ ਇਸ਼ੂ ਸੀਗੇ ਉਸ ਗੌਰਮੈਂਟ ਦੇ ਖਿਲਾਫ਼ ਲੋਕ ਅੱਕੇ ਹੋਏ ਸੀ, ਉਹਨਾਂ 'ਚ ਕਰਪਸ਼ਨ ਸੀ, ਰੇਤਾ ਬਜਰੀ ਦਾ ਇਸ਼ੂ ਸੀ, ਕੇਬਲ ਦਾ ਇਸ਼ੂ ਸੀ, ਸ਼ਰਾਬ ਦਾ ਇਸ਼ੂ ਸੀ, ਟਰਾਂਸਪੋਰਟ ਦਾ ਇਸ਼ੂ ਸੀ, ਹਰ ਤਰ੍ਹਾਂ ਨੂੰ ਅਸੀਂ ਮਾਫੀਆ ਵੀ ਕਹਿ ਦਿੰਦੇ ਹਾਂ, ਮਾਫੀਆ ਕਹਿ ਲਓ ਜੋ ਵੀ, ਇਹ ਇਸ਼ੂ ਸੀ, ਲੋਕ ਅੱਕੇ ਹੋਏ ਸੀ। ਉਸੇ ਦੌਰ ਦੇ ਵਿੱਚ ਅਕਾਲੀ ਦਲ ਨੂੰ ਇਹ ਉਮੀਦ ਸੀ ਵੀ ਅਸੀਂ 3ਵੀਂ ਵਾਰੀ ਸਰਕਾਰ ਬਣਾਉਣੀ ਹੈ, ਉਹ ਵੀ ਸਾਮ ਦਾਮ ਦੰਡ ਭੇਦ ਸਭ ਕੁਛ ਵਰਤਣ 'ਤੇ ਲੱਗੇ ਹੋਏ ਸੀ। ਸਿਮਿਲਰਲੀ 2 ਪਾਰਟੀਆਂ, ਕਾਂਗਰਸ ਅਤੇ ਆਮ ਆਦਮੀ ਪਾਰਟੀ, ਇਹਨਾਂ ਨੇ ਵੀ ਆਪਦਾ ਸਾਰਾ ਕੁਛ ਦਾਅਤੇ ਲਾਇਆ ਹੋਇਆ ਸੀ ਜੀ। ਦੋਨਾਂ ਪਾਰਟੀਆਂ ਨੇ ਦਾਅਤੇ ਲਾਇਆ, ਚਲੋ ਕਾਂਗਰਸ ਦੀ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਕਿਸਮਤ ਚੰਗੀ ਸੀ, ਲੋਕਾਂ ਨੇ ਵਰਡਿਕਟ ਦਿੱਤਾ, ਚੰਗੀ ਨੰਬਰ ਦੇ ਵਿੱਚ ਇਹਨਾਂ ਦੇ MLA ਜਿੱਤੇ, 77 MLA ਜਿੱਤਣਾ ਕੋਈ ਖੇਡ ਦੀ ਗੱਲ ਨਹੀਂ ਸੀ, ਬਹੁਤ ਵੱਡੀ ਅਤੇ ਸਰਕਾਰ ਬਣ ਗਈ। ਲੋਕਾਂ ਨੂੰ ਨਾ ਉਮੀਦਾਂ ਬਹੁਤ ਸੀ। ਦੇਖਿਆ ਜਾਵੇ ਤਾਂ ਜਦੋਂ ਲੋਕਾਂ ਨਾਲ ਗੱਲ ਕਰਦੇ ਹਾਂ, ਗੌਰਮੈਂਟ ਦੇ ਕੰਮਾਂ ਦਾ ਰਿਵਿਊ ਕਰਦੇ ਹਾਂ,
ਗੌਰਮੈਂਟ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉੱਤਰ ਦੇ ਦਿੰਦੀ ਸੀ। ਰੇਤਾ ਬਜਰੀ ਦਾ ਹਾਲ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਹੀ ਹਾਲ ਹੈ। ਟਰਾਂਸਪੋਰਟ ਜਿਹਦਾ ਪਹਿਲਾਂ ਕਬਜ਼ਾ ਸੀ ਉਸੇ ਦਾ ਹੀ ਕਬਜ਼ਾ, ਉਵੇਂ ਧੜੱਲੇ ਨਾਲ ਚੱਲਦੀਆਂ ਨੇ। ਕਰਪਸ਼ਨ ਦਾ ਉਹੀ ਹਾਲ ਹੈ। ਤੁਸੀਂ ਤੁਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਲਓ, ਵਿਜੀਲੈਂਸ ਬਿਊਰੋ ਨੇ ਕਰਪਸ਼ਨ ਦੇ ਦੋ ਵੱਡੇ ਕੇਸ ਫੜੇ, ਕਹਿੰਦੇ ਜੀ ਹਜ਼ਾਰ ਹਜ਼ਾਰ ਕਰੋੜ ਦਾ ਘਪਲਾ ਹੋਇਆ ਜੀ। ਇੱਕ ਫੜਿਆ ਸੁਰਿੰਦਰ ਸਿੰਘ ਪਹਿਲਵਾਨ ਜੀ, ਉਹ ਮੰਡੀ ਬੋਰਡ ਦਾ ਇੰਜੀਨੀਅਰ ਸੀ। ਇੱਕ ਫੜਿਆ ਗੁਰਿੰਦਰ ਸਿੰਘ ਪਾਪਾ ਜੀ ਨੇ ਇਰੀਗੇਸ਼ਨ ਦੇ ਠੇਕੇ ਲਏ ਸੀ। ਉਹਦੇ 'ਚ ਗੁਰਿੰਦਰ ਸਿੰਘ ਪਾਪਾ ਦੀ ਇੱਕ ਪੁਲਿਸ ਕੋਲ ਸਟੇਟਮੈਂਟ ਹੈ, ਉਹਦੇ 'ਚ 3 IAS ਅਫਸਰਾਂ ਦਾ ਨਾਂ ਲਿਆ ਉਹਨੇ, ਅੱਛਾ, 2 ਉਸ ਵੇਲੇ ਦੇ ਮਿਨਿਸਟਰਾਂ ਦਾ ਨਾਂ ਲਿਆ, ਮਿਨਿਸਟਰਾਂ ਦੇ PA ਦਾ ਨਾਂ ਲਿਆ। ਇੱਕ ਵਾਰੀ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵਿਧਾਨ ਸਭਾ ਦੇ ਵਿੱਚ ਸਵਾਲ ਪੁੱਛਿਆ ਗਿਆ ਵੀ ਉਹ ਕੀ ਬਣਿਆ। ਅਮਰਿੰਦਰ ਸਿੰਘ ਤਾਂ ਮੁੱਕਰ ਜਾਂਦੇ ਨੇ, ਕਹਿੰਦੇ ਜੀ ਮੈਂ ਤਾਂ ਇਹੋ ਜਿਹੀ ਕੋਈ ਰਿਪੋਰਟ ਦੇਖੀ ਨਹੀਂ, ਪਰ ਮੈਨੂੰ ਨਹੀਂ ਲੱਗਦਾ ਵੀ ਵਿਜੀਲੈਂਸ ਦੀ ਇੰਨੀ ਜ਼ਰੂਰਤ ਹੋਵੇ, ਇੰਨੀ ਹਿੰਮਤ ਕਰ ਜੇ ਤਾਂ ਚੀਫ ਮਿਨਿਸਟਰ, ਜਿਹੜੀ ਰਿਪੋਰਟ ਦੀ ਕਾਪੀ ਸਾਡੇ ਕੋਲ ਚੀਫ ਮਿਨਿਸਟਰ ਨੂੰ ਨਾ ਦਿਖਾਈ ਹੋਵੇ। ਇੰਨੀ ਕਿਸੇ ਦੀ ਜ਼ਰੂਰਤ ਹੁੰਦੀ ਨਹੀਂ ਕਿਸੇ ਇਸ ਸਿਸਟਮ ਦੇ ਵਿੱਚ, ਮਤਲਬ ਲੈ ਦੇ ਕੇ ਕਿੱਥੇ ਖੜੇ ਹਾਂ ਅਸੀਂ, ਉੱਥੇ ਖੜੇ ਹਾਂ। ਸ਼ਰਾਬ ਦਾ ਕੰਟਰੋਲ ਇੱਕ ਪਰਿਵਾਰ ਕੋਲ ਹੈ, ਰੇਤੇ ਦਾ ਕੰਟਰੋਲ ਇੱਕ ਪਰਿਵਾਰ ਕੋਲ ਹੈ। ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇਸ਼ੂ ਚੱਕਿਆ ਵੀ ਤੁਸੀਂ ਲਿਕਰ ਕਾਰਪੋਰੇਸ਼ਨ ਬਣਾ ਦਿਓ ਤਾਂ ਜੋ ਜਿਹੜਾ ਹੈ ਜਿੰਨਾ ਕੁ ਪੈਸਾ ਵੱਧ ਤੋਂ ਵੱਧ ਹੋ ਸਕੇ ਸਟੇਟ ਗੌਰਮੈਂਟ ਨੂੰ ਆਵੇ। 2 ਸਾਲ ਹੋਣ ਵਾਲੇ ਨੇ, ਕੋਈ ਲਿਕਰ ਕਾਰਪੋਰੇਸ਼ਨ ਨਹੀਂ ਬਣੀ, ਹੁਣ 3 ਐਕਸਾਈਜ਼ ਪਾਲਿਸੀ ਬਣ ਜੂ ਇਸ ਗੌਰਮੈਂਟ ਦੀ। ਮੈਨੂੰ ਤਾਂ ਕੁਛ ਲੱਗਦਾ ਨਹੀਂ ਕੁਛ ਬਣਦਾ। ਇਟ ਮੀਨਸ ਗੌਰਮੈਂਟ ਦੀ ਨੀਅਤ ਹੈ ਨਹੀਂ। ਜੇ ਅਸੀਂ ਕਹਿੰਦੇ ਵੀ ਅਕਾਲੀ 125,000 ਕਰੋੜ ਦਾ ਕਰਜ਼ਾ ਚੜ੍ਹ ਗਿਆ ਸੀ ਤਾਂ ਇਹ ਵੀ 10-12-13 ਹਜ਼ਾਰ ਕਰੋੜ ਰੁਪਏ ਦਾ ਹਰ ਸਾਲ ਲੈ ਲੈਂਦੇ ਨੇ। 5 ਸਾਲਾਂ 'ਚ ਅਸੀਂ ਕਿੱਥੇ ਜਾਵਾਂਗੇ? 2 ਲੱਖ ਕਰੋੜ ਨੂੰ ਟੱਪ ਜਾਵਾਂਗੇ? ਕੀ ਦੇ ਕੇ ਗਏ ਪੰਜਾਬੀਆਂ ਨੂੰ? ਜੇ ਉਹ 125,000 ਕਰੋੜ ਦਾ ਦੇ ਗਏ ਸੀ, ਇਹ 225,000 ਦਾ ਕਰ ਜਾਣਗੇ, ਇੰਨਾ ਕਰ ਜਾਣਗੇ, ਕਰ ਜਾਣਗੇ। ਅਲਟੀਮੇਟਲੀ ਪੰਜਾਬੀਆਂ ਨੂੰ ਕੀ ਮਿਲਿਆ? ਕਰਜ਼ਾ। ਕਿਸਾਨੀ ਕਰਜ਼ੇ ਨੂੰ ਇੱਕੋ ਇੱਕ ਇਹ ਕਲੇਮ ਕਰਦੇ ਆ ਵੀ ਅਸੀਂ ਕਿਸਾਨਾਂ ਦਾ ਮਾਫ਼ ਕੀਤਾ ਕਰਜ਼ਾ ਅਤੇ ਅਸੀਂ ਵਾਅਦਾ ਪੂਰਾ ਕੀਤਾ। ਚਲੋ ਮੰਨ ਲਿਆ ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ, ਗੌਰਮੈਂਟ ਨੇ ਆਪਦਾ ਵਾਅਦਾ ਪੁਗਾਤਾ, ਕਿਸਾਨੀ ਦੀ ਹਾਲਤ ਸੁਧਰੀ? ਕੀ ਖੁਦਕੁਸ਼ੀਆਂ ਰੁਕੀਆਂ? ਖੁਦਕੁਸ਼ੀਆਂ ਰੁਕੀਆਂ। ਕਿਸਾਨੀ ਦੀ ਹਾਲਤ ਸੁਧਾਰਨ ਲਈ ਤੁਸੀਂ ਕੀ ਕੀਤਾ? ਝੋਨੇ ਦਾ ਜੋ ਹਾਲ ਸੀ ਆਪਾਂ ਦੇਖ ਲਿਆ, ਗੰਨੇ ਦੇ ਕਿਸਾਨ ਉਹ ਤੁਹਾਡੀ ਗੱਲ ਨੂੰ ਰਾਹੁਲ ਗਾਂਧੀ ਹੋਰੀ ਵੀ ਜਿਹੜਾ ਜੀ ਉਹ ਦਰੁਸਤ ਠਹਿਰਾਉਂਦੇ ਆ ਕਿ ਜਿਹੜਾ ਇਹ ਕਰਜ਼ਾ ਮਾਫ਼ੀ ਹੈ ਇਹ ਟੈਂਪਰੇਰੀ ਰਿਲੀਫ ਹੋ ਸਕਦੀ ਹੈ, ਬਿਲਕੁਲ ਹੱਲ ਨਹੀਂ ਹੈ। ਹੱਲ ਲਈ ਕਿਸਾਨਾਂ ਨੂੰ ਕੋਈ ਆਲਟਰਨੇਟਿਵ ਮੰਡੀ ਕਰਨ ਦਾ ਪ੍ਰਬੰਧ, ਫਸਲਾਂ ਦਾ ਮੰਡੀ ਕਰਨ ਦਾ ਪ੍ਰਬੰਧ, ਜਾਂ ਜਿਹੜਾ ਕੋਈ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੀ ਗੱਲ ਹੈ ਉਹ ਕਿੱਥੇ ਹੈ? ਹੁਣ ਇਹ ਡਿਪਾਰਟਮੈਂਟ ਸਾਡੇ ਮਾਨਦੇ ਚੀਫ ਮਿਨਿਸਟਰ ਸਾਹਿਬ ਕੋਲ ਹੈ, ਮੈਨੂੰ ਤਾਂ ਲੱਗਦਾ 1-2 ਵਾਰੀ ਰਿਵਿਊ ਹੋ ਗਿਆ ਹੋਊ। ਕਦੇ ਜਿਹੜੇ ਇਹਨਾਂ ਡਿਪਾਰਟਮੈਂਟ ਦੇ ਅਫਸਰਾਂ ਨਾਲ ਗੱਲ ਕਰਦੇ ਹੋ, ਚੀਫ ਮਿਨਿਸਟਰ ਸਾਹਿਬ ਤਾਂ ਐਗਰੀਕਲਚਰ ਡਿਪਾਰਟਮੈਂਟ ਦੀ ਮੀਟਿੰਗ ਲੈ ਲੈਂਦੇ, ਐਗਰੇਰੀਅਨ ਸਟੇਟ ਹੈ ਸਾਡੀ। ਜਿਹੜਾ ਚੀਫ ਮਿਨਿਸਟਰ ਆਪਦੇ ਦਫ਼ਤਰ 'ਚ ਹੀ ਨਾ ਆਵੇ ਕੰਮ ਕਰੇ, ਉਹ ਸਟੇਟ ਦਾ ਹਾਲ ਕੀ ਹੋਊ? ਸੋਚ ਲੈਣਾ ਚਾਹੀਦਾ ਸਾਨੂੰ ਕੀ ਹੋਊਗਾ ਸਟੇਟ ਦਾ। ਚੀਫ ਮਿਨਿਸਟਰ ਸਾਹਿਬ ਸਿਰਫ ਉਦੋਂ ਆਉਂਦੇ ਨੇ ਦਫ਼ਤਰ ਜਦੋਂ ਕੈਬਨਿਟ ਮੀਟਿੰਗ ਕਰਨੀ ਹੁੰਦੀ ਹੈ, ਜਦੋਂ ਕਿ ਫੈਸਲੇ ਉਸ ਚੇਅਰ 'ਤੇ ਲੈ ਬੈਠ ਕੇ ਲੈਣੇ ਹੁੰਦੇ। ਇੱਕ ਮਾਹੌਲ ਹੁੰਦਾ, ਦੇਖੋ ਇੱਕ ਦਫ਼ਤਰ ਦੀ ਸੈਂਟੀਟੀ ਹੁੰਦੀ ਹੈ, ਇੱਕ ਦਫ਼ਤਰ ਦਾ ਸੈਕਟਰੀਏਟ ਦੇ ਵਿੱਚ ਸਾਰੇ ਸੈਕਟਰੀ ਬੈਠਦੇ ਹੈ, ਉੱਥੇ ਮਿਨਿਸਟਰ ਬੈਠਦੇ ਆ, ਇੱਕ ਦਫ਼ਤਰ ਦਾ ਮਾਹੌਲ ਹੁੰਦਾ। ਜਦੋਂ ਆਪਣੇ ਵੀ ਘਰਾਂ ਦੇ ਵਿੱਚ ਬਾਪੂ ਘਰੇ ਬੈਠਾ ਹੋਵੇ ਨਾ, ਦਫ਼ਤਰ ਘਰ ਦਾ ਮਾਹੌਲ ਹੋਰ ਹੁੰਦਾ। ਬਿਲਕੁਲ, ਜਦੋਂ ਚੀਫ ਮਿਨਿਸਟਰ ਦਫ਼ਤਰ 'ਚ ਬੈਠਾ ਹੋਊ, ਚਪੜਾਸੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਇਹ ਪਤਾ ਲੱਗੂ ਵੀ ਸਾਡਾ ਬੌਸ ਸਾਡੇ ਦਫ਼ਤਰ 'ਚ ਬੈਠਾ, ਇੱਥੇ ਕੰਮ ਕਰਨਾ ਪਊਗਾ, ਕੰਮ ਕਰਨਾ ਪਊ, ਉਹਦਾ ਮਾਹੌਲ ਹੋਊ। ਹੁਣ ਤੁਸੀਂ ਸੈਕਟਰੀਏਟ ਜਾਓ, 10 ਵਜੇ ਤੋਂ 11 ਵਜੇ ਤੋਂ ਪਹਿਲਾਂ ਕੋਈ ਅਫਸਰ ਆਉਂਦਾ ਨਹੀਂ, ਬਾਅਦ ਦੁਪਹਿਰ ਕੋਈ ਲੱਭ ਕੇ ਦਿਖਾ ਦਿਓ। ਵਰਕ ਕਲਚਰ ਟੋਟਲੀ ਖਤਮ ਹੋ ਗਿਆ। ਵਰਕ ਕਲਚਰ ਦੇਣਾ ਕਿਹਨੇ ਹੁੰਦਾ ਹੈ? ਸਾਡੀ ਪੋਲੀਟੀਕਲ ਲੀਡਰਸ਼ਿਪ ਨੇ ਦੇਣਾ ਹੁੰਦਾ ਹੈ। ਪੋਲੀਟੀਕਲ ਲੀਡਰਸ਼ਿਪ ਤਾਂ ਟੋਟਲੀ ਆਪੋ ਤਾਪੀ ਪਈ ਹੋਈ ਹੈ, ਮੈਨੂੰ ਤਾਂ ਇਹ ਇਹੋ ਜਿਹਾ ਮਾਹੌਲ ਜਿਹਾ ਲੱਗਦਾ ਜੀ। ਬਿਲਕੁਲ, ਦਵਿੰਦਰਪਾਲ ਜੀ ਸਾਡੇ ਨਾਲ ਮੌਜੂਦ ਨੇ, ਸੀਨੀਅਰ ਜਰਨਲਿਸਟ ਨੇ, ਉਹ ਟ੍ਰਿਬਿਊਨ ਅਦਾਰੇ ਦੇ ਨਾਲ ਕੰਮ ਕਰਦੇ ਨੇ। ਜਿਹੜਾ ਉਹਨਾਂ ਨੇ ਤਸਵੀਰ ਜਿਹੜੀ ਜੀ ਉਹ ਖਿੱਚੀ, ਇਹ ਤੋਂ ਅੱਗੇ ਜਿਹੜਾ ਜੀ ਉਹ ਚੱਲਦੇ ਆ ਕਿ ਫਿਰ ਕੁਛ ਬੇਲੋੜੇ ਜਿਹੜੇ ਇਸ਼ੂ ਨੇ ਉਹ ਉਭਾਰੇ ਜਾ ਰਹੇ ਨੇ, ਇਸੇ ਕਰਕੇ ਕਿ ਲੋਕਾਂ ਦਾ ਜਿਹੜਾ ਜੀ ਉਹ ਧਿਆਨ ਡਾਈਵਰਟ ਰਹੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆ ਰਹੇ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਇੱਕ ਵਾਰੀ ਫਿਰ ਫਾਇਰ ਲਾਈਨ ਦੇ ਵਿੱਚ ਦਵਿੰਦਰਪਾਲ ਜੀ ਮੌਜੂਦ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਦਵਿੰਦਰਪਾਲ ਜੀ, ਜਿਹੜਾ ਜੇ ਦੇਖਿਆ ਜਾਵੇ ਤਾਂ ਪਿਛਲੇ
ਦਿਨਾਂ ਦੇ ਦੌਰਾਨ ਜਾਂ ਉਦੋਂ ਪਿੱਛੇ ਥੋੜ੍ਹਾ ਚੱਲੇ ਜਦੋਂ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਸੀ ਅਤੇ ਰਾਤ ਰਹਿ ਪਏ ਸੀਗੇ ਉੱਥੇ ਵਿਧਾਨ ਸਭਾ ਵਿੱਚ, ਉੱਥੇ ਬਰਸ਼ ਕਰਦਿਆਂ ਦੀਆਂ ਫੋਟੋਆਂ ਆਈਆਂ ਵੀ ਲੰਬਾ ਕਰੋ ਐਤਕੀ ਸੈਸ਼ਨ, ਦੋ ਦਹਾਕਿਆਂ ਦਾ ਸਭ ਤੋਂ ਛੋਟਾ ਜਿਹੜਾ ਜੀ ਉਹ ਹੋ ਗਿਆ। ਉਦੋਂ ਵਿਰੋਧੀ ਹੋ ਕੇ ਰੌਲਾ ਪਾਉਂਦੇ ਸੀ ਵਿਰੋਧੀ ਧਿਰਾਂ, ਅੱਜ ਜਿਹੜੀਆਂ ਜੀ, ਕਿਉਂਕਿ ਆਮ ਆਦਮੀ ਪਾਰਟੀ ਉਹ ਫਟ ਗਈ, ਅਕਾਲੀ ਦਲ ਵਾਲੇ ਉਹ ਲਗਾਤਾਰ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ ਕਿ ਪੰਥਕ ਮੁੱਦਾ ਜਿਹੜਾ ਜੀ ਉਹ ਉਭਾਰਿਆ ਜਾਵੇ। ਉਹਨਾਂ ਨੇ ਸਿਲੇਬਸ ਵਾਲਾ ਮੁੱਦਾ ਵੀ ਜਿਹੜਾ ਜੀ ਉਹ ਚੁੱਕਿਆ। ਨਿਗਮ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਈ ਜਿਹੜੇ ਕਹਿੰਦੇ ਸੀ ਵਿਹਲੜ ਆ ਜਾਂਦੇ ਆ, ਜਿਹਨਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਬਹਿ ਜਾਂਦੇ ਆ ਕੇ ਧਰਨਿਆਂ 'ਤੇ, ਅੱਜ ਧਰਨਿਆਂ ਦੇ ਉਹ ਦੁਆਲੇ ਹੋਏ ਹੋਏ ਆ। ਕਾਰਨ ਕੀ ਹੈ ਜੀ, ਉਹਨਾਂ ਨੂੰ ਮੁੱਦਾ ਜਿਹੜਾ ਜੀ ਵਿਰੋਧੀ ਧਿਰ ਜਿਹੜੀ ਉਹ ਉਭਾਰ ਕਿਉਂ ਨਹੀਂ ਸਕੀ ਇਹ ਸਭ ਕੁਛ? ਇਹ ਪੰਜਾਬ ਦੇ ਲੋਕਾਂ ਦੀ ਨਾ ਬੜੀ ਵੱਡੀ ਬਦਕਿਸਮਤੀ ਕਹਾਂਗੇ। ਦੇਖੋ ਜੀ, ਇਹ ਦੁਨੀਆ ਪੱਧਰ 'ਤੇ ਮੰਨਿਆ ਗਿਆ ਫੈਕਟ ਹੈ ਵੀ ਜਿਹੜੀ ਸਟੇਟ ਦੇ ਵਿੱਚ, ਜਿਹੜੇ ਮੁਲਕ ਦੇ ਵਿੱਚ ਆਪੋਜੀਸ਼ਨ ਕਮਜ਼ੋਰ ਹੋਊ ਉੱਥੇ ਲੋਕਾਂ ਦਾ ਫਾਇਦਾ ਨਹੀਂ ਹੋ ਸਕਦਾ। ਉਹੀ ਹਾਲ ਅੱਜ ਪੰਜਾਬ ਦਾ, ਆਮ ਆਦਮੀ ਪਾਰਟੀ ਦੋ ਦਿਨਾਂ 'ਚ ਵੱਡੀ ਹੋਈ ਹੈ। ਅਕਾਲੀ ਦਲ ਦੀ ਜਿੱਥੋਂ ਤੱਕ ਪ੍ਰੋਬਲਮ ਹੈ ਜਿਹੜੀ ਹੈ ਨਾ ਸਮੱਸਿਆ ਪੰਨੂ ਜੀ, ਉਹ ਇਹ ਹੈ ਵੀ ਅਕਾਲੀ ਦਲ ਆਪਦੀ ਕ੍ਰੈਡੀਬਿਲਟੀ ਲੂਜ਼ ਕਰ ਚੁੱਕਿਆ। ਅਕਾਲੀ ਦਲ ਨੇ ਪਾਵਰ 'ਚੋਂ ਪਾਸੇ ਹੁੰਦਿਆਂ ਹੀ ਪੋਲ ਖੋਲ ਰੈਲੀਆਂ ਸ਼ੁਰੂ ਕੀਤੀਆਂ, ਪੋਲ ਖੋਲਦੇ ਖੋਲਦੇ ਉਹ ਆਪਦੀ ਖੋਲ ਬੈਠੇ। ਉਹ ਤੋਂ ਉਹਨਾਂ ਤੋਂ ਸਰਕਾਰ ਦੀ ਪੋਲ ਹੀ ਨਹੀਂ ਖੁੱਲੀ ਅੱਜ ਤੱਕ, ਆਪਦੀ ਖੁੱਲ ਜਾਂਦਾ ਕੁਛ ਨਾ ਕੁਛ ਉਹਨਾਂ ਦਾ। ਉਸ ਤੋਂ ਬਾਅਦ ਲਗਾਤਾਰ ਕਿਸੇ ਇਸ਼ੂ 'ਤੇ, ਹਰ ਇਸ਼ੂ 'ਤੇ ਉਹ ਗੌਰਮੈਂਟ ਨਾਲ, ਗੌਰਮੈਂਟ ਨੂੰ ਘੇਰਨ ਦਾ ਯਤਨ ਕਰਦੇ ਨੇ, ਪਰ ਉਹ ਕਸੂਤੇ ਆਪ ਫਸ ਜਾਂਦੇ ਨੇ। ਜਦੋਂ ਤੋਂ ਵਿਧਾਨ ਸਭਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਡਿਸਕਸ ਹੋਈ ਹੈ, ਉਸ ਤੋਂ ਬਾਅਦ ਤਾਂ ਉਹ ਬਹੁਤ ਡਾਊਨ ਚਲੇ ਗਏ। ਫਿਰ ਬਰਗਾੜੀ ਮੋਰਚਾ ਲੱਗਿਆ, ਉਹਦੇ ਨਾਲ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਬੇਸਿਕ ਜਿਹੜਾ ਸਵਾਲ ਹੈ ਅਕਾਲੀ ਦਲ ਦਾ, ਅਕਾਲੀ ਦਲ ਦੇ ਲੀਡਰ ਖਾਸਕਰ ਬਾਦਲ ਫੈਮਿਲੀ ਆਪਦੀ ਕ੍ਰੈਡੀਬਿਲਟੀ ਲੂਜ਼ ਕਰ ਚੁੱਕੀ ਹੈ। ਜਿੰਨਾ ਜਦੋਂ ਉਹਨਾਂ 'ਤੇ ਉਹ ਕੋਈ ਇਸ਼ੂ ਉਠਾਉਂਦੇ, ਲੋਕ ਉਹਨਾਂ 'ਤੇ ਭਰੋਸਾ ਹੀ ਨਹੀਂ ਕਰਦੇ, ਉਹ ਕਹਿੰਦੇ ਵੀ ਤੁਸੀਂ ਕੀ ਕੀਤਾ ਜਿੰਨਾ ਮੁੱਦਿਆਂ 'ਤੇ ਅੱਜ ਉਹ ਰੌਲਾ ਪਾਉਂਦੇ ਨੇ, ਕਿਉਂਕਿ ਉਹੀ ਮੁੱਦੇ 10 ਸਾਲ ਬਰਕਰਾਰ ਸੀ। ਲੋਕ ਕੁਐਸਚਨ ਉਹਨਾਂ ਨੂੰ ਕਰਨ ਲੱਗ ਜਾਂਦੇ ਆ। ਤੁਸੀਂ ਜਦੋਂ ਸਵਾਲ ਭਰੋਸੇਯੋਗਤਾ ਦਾ ਆਵੇ, ਜਦੋਂ ਭਰੋਸੇਯੋਗਤਾ ਕਿਸੇ ਤੋਂ ਉੱਠ ਜੇ, ਮੈਨੂੰ ਨਹੀਂ ਲੱਗਦਾ ਛੇਤੀ ਛੇਤੀ ਫਿਰ ਉਹਨਾਂ ਮੁੱਦਿਆਂ ਦੇ ਰਾਜਨੀਤੀ ਖੇਡ ਕੇ ਆਪਦੇ ਪੈਰ ਲਾ ਜਾਊਗਾ ਜਾਂ ਕੋਈ ਬੰਦਾ। ਇਹ ਇਹੀ ਕਾਰਨ ਹੈ ਕਿ ਉਹ ਜੇ ਸੇਵਾ ਕਰਨ ਵੀ ਗਏ, ਕਿਉਂਕਿ ਇਹ ਪਹਿਲੀ ਵਾਰੀ ਵੇਖਿਆ, ਨਹੀਂ ਤਾਂ ਕਮ ਸੇ ਕਮ ਜਦੋਂ ਕੋਈ ਭਾਂਡੇ ਮਾਂਜਣ ਜਾਂਦਾ ਜਾਂ ਜਿਹੜੀਆਂ ਉਹ ਜੂੜੇ ਸਾਫ਼ ਕਰਦਾ, ਉਹਦੀ ਟ੍ਰੋਲਿੰਗ ਹੁੰਦੀ ਨਹੀਂ ਸੀ ਸੁਣੀ, ਜਿੰਨੀ ਟ੍ਰੋਲਿੰਗ ਹੋਈ ਇਹੀ ਰੀਜ਼ਨ ਹੁੰਦਾ। ਉਹਦਾ ਕਾਰਨ ਹੈ ਵੀ ਇੱਕ ਤਾਂ ਉਹ ਹੁਣ ਜਿਵੇਂ ਬੰਦਾ ਡੁੱਬਦਾ ਹੁੰਦਾ ਨਾ, ਜਦੋਂ ਦਰਿਆ 'ਚ ਡੁੱਬਿਆ, ਨਹਿਰ 'ਚ ਡੁੱਬਿਆ, ਉਹ ਫਿਰ ਬਾਹਰ ਨਿਕਲਣ ਲਈ ਕੋਸ਼ਿਸ਼ ਕਰਦਾ ਹੈ, ਕੋਈ ਘਾਹ ਦੀ ਤਿੜ ਨੂੰ ਹੱਥ ਪੈ ਜਾਵੇ, ਅੱਕੀ ਭਲਾ ਹੀ ਹੱਥ ਮਾਰਦੇ ਆ ਵੀ ਅਕਾਲੀ ਵੀ ਕਿਵੇਂ ਨਾ ਕਿਵੇਂ ਅਸੀਂ ਜਿਉਂਦੇ ਹੋ ਜਾਈਏ ਰਾਜਨੀਤਿਕ ਤੌਰ 'ਤੇ। ਦੇਖੋ ਸਮੇਂ ਭਵਿੱਖ 'ਚ ਕੀ ਲਿਖਿਆ ਸਮੇਂ ਦੇ 'ਚ ਉਹਦਾ ਅਸੀਂ ਪ੍ਰੋਡਿਕਟ ਨਹੀਂ ਕਰ ਸਕਦੇ। ਹੋ ਸਕਦਾ ਇਹ ਗੌਰਮੈਂਟ ਹੀ ਇੰਨੀ ਕੁ ਨਲਾਇਕ ਨਿਕਲ ਜਾਵੇ ਕਾਂਗਰਸ ਦੀ, ਲੋਕ ਉਹਨਾਂ ਨੂੰ ਕਹਿਣ ਲੱਗ ਜਾਣ ਵੀ ਚਲੋ ਅਸੀਂ ਚੰਗੇ ਨੇ ਯਾਰ, ਸਮਾਂ ਕਿੱਧਰ ਨੂੰ ਪਲਟੀ ਮਾਰ ਜਾਵੇ, ਇਹਦਾ ਅਸੀਂ ਕੁਛ ਕਹਿ ਨਹੀਂ ਸਕਦੇ। ਪਰ ਅੱਜ ਦੀ ਸਿਚੁਏਸ਼ਨ ਇਹੀ ਹੈ ਵੀ ਉਹਨਾਂ 'ਤੇ ਲੋਕ ਯਕੀਨ ਕਰਨ ਨੂੰ ਤਿਆਰ ਨਹੀਂ ਹੈ। ਇਹਦੋਂ ਪਹਿਲਾਂ ਕਿ ਆਪਾਂ ਇਹ ਗੱਲ ਕਰੀਏ ਕਿ ਜਿਹੜੀ ਕੀ ਕੋਈ ਧਿਰ ਜਿਹੜੀ ਤੁਹਾਨੂੰ ਲੱਗਦਾ ਕਿ ਆਉਂਦੇ ਦਿਨਾਂ ਦੇ ਦੌਰਾਨ ਜਿਹੜੀ ਜੀ ਉਹ ਲੋਕਾਂ ਦੀ ਜਿਹੜਾ ਜੀ ਉਹ ਵਿਸ਼ਵਾਸ ਹਾਸਲ ਕਰ ਲਊਗੀ? ਕੀ ਸੁਖਬੀਰ ਸਿੰਘ ਬਾਦਲ ਹੋਰੀ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਨਿੱਠਿਆ ਹੋਇਆ ਬਹੁਤ ਸਾਲਾਂ ਤੋਂ ਕਿ ਉਹਨਾਂ ਨੂੰ ਉੱਥੇ ਲਿਆਉਣਾ ਹੀ ਲਿਆਉਣਾ, ਉਹ ਐਕਸੈਪਟ ਹੋ ਜਾਣਗੇ ਪੰਜਾਬ ਦੀ ਰਾਜਨੀਤੀ 'ਚ? ਦੇਖੋ ਅਸਲ 'ਚ ਕੀ ਹੈ, ਹਿੰਦੁਸਤਾਨ ਦੀ ਰਾਜਨੀਤੀ ਦੀ ਬਹੁਤ ਵੱਡੀ ਟ੍ਰੈਜਡੀ ਹੋ ਗਈ। ਜਿਵੇਂ ਰੀਸੈਂਟਲੀ 5 ਸਟੇਟਾਂ ਦੇ ਰਿਜ਼ਲਟ ਆਏ, ਕਿਸੇ ਬੰਦੇ ਨੇ ਪੁੱਛਿਆ ਵੀ ਰਾਹੁਲ ਗਾਂਧੀ 'ਚ ਇੰਨੇ ਸੁਧਾਰ ਕਿਵੇਂ ਹੋ ਗਏ? ਮੇਰਾ ਇੱਕੋ ਅਨੈਲਿਸਿਸ ਸੀ, ਮੈਂ ਕਿਹਾ ਯਾਰ ਰਾਹੁਲ ਗਾਂਧੀ ਸੁਧਾਰ ਉਹਨੇ ਭਾਵੇਂ ਨਹੀਂ ਹੋਏ, ਮੋਦੀ ਛੋਟਾ ਲੱਗਣ ਲੱਗ ਗਿਆ ਲੋਕਾਂ ਨੂੰ, ਬਿਲਕੁਲ ਤਾਂ ਰਾਹੁਲ ਵੱਡਾ ਲੱਗਣ ਲੱਗ ਗਿਆ। ਸਿਮਿਲਰਲੀ ਸੁਖਬੀਰ ਤਾਂ ਹੋ ਸਕਦਾ ਉੱਥੇ ਹੀ ਰਹੇ, ਜੇ ਉਹਦੇ ਮੁਕਾਬਲੇ ਵਾਲੇ ਛੋਟੇ ਲੱਗਣ ਲੱਗ ਗਏ ਤਾਂ ਸੁਖਬੀਰ ਆਪੇ ਚੰਗਾ ਲੱਗਣ ਲੱਗ ਜੂ। ਕਿਉਂਕਿ ਸੁਖਬੀਰ ਬਾਦਲ ਨੇ ਹਜੇ ਤੱਕ ਕੋਈ ਇਹੋ ਜਿਹੀ ਐਕਟੀਵਿਟੀ ਜਾਂ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਜਿਹਦੇ ਨਾਲ ਉਹ ਦੂਜਿਆਂ ਨਾਲੋਂ ਬਿਹਤਰ ਲੱਗੇ। ਪਹਿਲੀ ਗੱਲ ਤਾਂ ਉਹਦੀ ਬਿਜ਼ਨਸਮੈਨ ਵਾਲੀ ਹਜੇ ਦੇਖੋ ਉਹਦੀ ਦੂਰ ਨਹੀਂ ਹੋਈ, ਲੀਡਰ ਵਾਲੀ ਘੱਟ ਹੈ। ਅਤੇ ਜਦੋਂ ਕੋਈ ਉਹ ਜਿਹਾ ਕੋਈ ਏਜੰਡਾ ਲੈ ਕੇ ਆਊ, ਜਦੋਂ ਕੋਈ ਐਜ ਬੈਟਰ ਪੋਲੀਟੀਸ਼ੀਅਨ ਵਾਲੀ ਗੱਲ ਕਰੂਗਾ, ਫਿਰ ਹੋ ਸਕਦਾ ਲੋਕ ਕੁਛ ਉਹਦੇ ਬਾਰੇ ਸੀਰੀਅਸਲੀ ਸੋਚਣ। ਤੁਹਾਨੂੰ ਲੱਗ ਰਿਹਾ ਕਿ ਜੇ ਕੈਪਟਨ ਸਾਹਿਬ ਦੀ ਜਿਵੇਂ ਲੂਜ਼ ਹੋ ਰਹੀ ਹੈ ਕ੍ਰੈਡੀਬਿਲਿਟੀ ਜਿਹੜੀ, ਉਹ ਜੇ ਹੋਈ ਗਈ ਤਾਂ ਉਹ ਉੱਭਰ ਸਕਦੇ ਆ? ਤਾਂ ਤੁਹਾਨੂੰ ਇਹ ਨਹੀਂ ਲੱਗਦਾ, ਕਿਉਂਕਿ ਤੁਸੀਂ ਨੈਸ਼ਨਲ ਲੈਵਲ ਦੀ ਜਿਹੜੀ ਜੀ ਉਹ ਪੋਲੀਟਿਕਸ ਉਹਨੂੰ ਵੀ ਕਵਰ ਕਰਦੇ ਹੋ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀ ਹਾਈਕਮਾਂਡ ਹੈ ਕਾਂਗਰਸ ਹਾਈਕਮਾਂਡ ਆ ਉਹ ਆਰਾਮ ਦੇ ਨਾਲ ਦੇਖੀ ਜਾਊਗੀ ਵੀ ਜੋ ਪੰਜਾਬ ਦੀ ਕਾਂਗਰਸ ਇਸ ਵੇਲੇ ਕਾਰਗੁਜ਼ਾਰੀ ਉਹਦੀ ਤਕਰੀਬਨ ਜ਼ੀਰੋ ਹੋਈ ਪਈ ਆ। ਜਦੋਂ ਤੁਸੀਂ ਕਹਿ ਤਾ ਕਿ ਜਦੋਂ ਦਫ਼ਤਰ ਹੀ ਨਹੀਂ ਜਾਂਦੇ ਤਾਂ ਉੱਥੇ ਕਾਹਦਾ ਕੰਮ ਹੋਣਾ, ਵੀ ਉਹ ਇੱਦਾਂ ਦੇਖੀ ਜਾਊਗੀ ਜਾਂ ਕੁਛ ਚੇਂਜਸ ਲੱਗਦਾ? ਕਿਉਂਕਿ ਇਸ ਟਾਈਮ ਬੜੀ ਇਹ ਵੇਖਿਆ ਜਾ ਰਿਹਾ ਨੇੜੇ ਤੋਂ ਵੀ ਚੇਂਜਸ ਹੋ ਸਕਦੀ ਹੈ। ਜਿੱਥੋਂ ਤੱਕ ਤਾਂ ਇਸ ਤੋਂ ਜਿਹੜੀਆਂ 3-5 ਸਟੇਟਾਂ ਦੀਆਂ ਇਲੈਕਸ਼ਨਾਂ ਹੋਈਆਂ, ਇਸ ਤੋਂ ਪਹਿਲਾਂ ਦਾ ਸਵਾਲ ਸੀਗਾ ਕਾਂਗਰਸ ਦੇ ਲੀਡਰ ਨਾਲ ਹੀ ਗੱਲ ਕਰਦੇ ਹਾਂ, ਆਪਾਂ ਨੂੰ ਇਨਫੋਰਮੇਸ਼ਨ ਤਾਂ ਜਰਨਲਿਸਟਾਂ ਨੂੰ ਉੱਥੋਂ ਹੀ ਆਉਣੀ ਹੈ ਜੀ।
ਉਹਨਾਂ ਦਾ ਇਹ ਮੰਨਣਾ ਸੀ ਵੀ ਕਾਂਗਰਸ ਦਾ ਬੜਾ ਵੱਡਾ ਕ੍ਰਾਈਸਿਸ ਹੈ, ਕੈਪਟਨ ਅਮਰਿੰਦਰ ਸਿੰਘ ਦੀ ਮਨਮਰਜ਼ੀ ਰੋਕਣ ਨੂੰ ਇਸ ਕਰਕੇ ਨਹੀਂ ਉਹ ਹਿੰਮਤ ਜੁਟਾ ਪਾ ਰਹੇ, ਇੱਕੋ ਸਟੇਟ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਜੀ। ਜੇ ਇਸ ਸਟੇਟ 'ਚ ਵੀ ਅਮਰਿੰਦਰ ਸਿੰਘ ਬਾਗੀ ਹੋ ਕੇ ਬੀਜੇਪੀ ਦਾ ਜਾਂ ਅਕਾਲੀ ਦਲ ਦੇ ਸਮਰਥਨ ਨਾਲ ਅਲੱਗ ਸਰਕਾਰ ਬਣਾ ਲੈਂਦੇ ਨੇ ਤਾਂ ਰਾਹੁਲ ਗਾਂਧੀ ਨੂੰ ਸਿਆਣਾ ਕੌਣ ਕਹੂ, ਇੱਕੋ ਹੀ ਸਟੇਟ ਸਰਕਾਰ ਹੈ ਉਹ ਵੀ ਤੋੜਨ ਲਈ। ਹਾਂ, ਹੁਣ ਕਾਂਗਰਸੀ ਲੀਡਰ ਵੀ ਮੰਨਦੇ ਨੇ, ਪਰਸੈਪਸ਼ਨ ਵੀ ਇਹ ਜਾ ਰਹੀ ਹੈ ਵੀ ਹੁਣ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਇਹੋ ਜਿਹਾ ਇੰਪਰੈਸ਼ਨ ਦੇਣ ਵੀ ਮੈਂ ਹੁਣ ਮਨਮਰਜ਼ੀ ਨਹੀਂ ਕਰਦਾ, ਜਾਂ ਫਿਰ ਉਹ ਕੁਛ ਆਪਣਾ ਮੋਟਿਵਸ ਫਰੈਂਡੀ ਜਿਹੜੀ ਉਹ ਚੇਂਜ ਕਰਨੇ। ਪਰ ਤੁਸੀਂ ਵੀ ਜਾਣਦੇ ਹੋ, ਉਹਦਾ ਚਰਚਾ ਵੀ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਡਿਨਰ ਮੀਟਿੰਗ ਹੋਈ ਸੀ, ਉਹਦਾ ਪਾਰਟੀ ਸੀ ਐਮ ਐਲ ਏ ਇਕੱਠੇ ਕਰਨੇ, ਜਿੱਦਾਂ ਨੂੰ ਤੁਸੀਂ ਇਸ਼ਾਰਾ ਕਰ ਰਹੇ ਹੋ ਵੀ ਜੇ ਨਹੀਂ ਤਾਂ ਫਿਰ ਬਾਗੀ ਹੋ ਕੇ ਸਾਈਡ 'ਤੇ ਹੋ ਜਾਣਗੇ। ਨਹੀਂ, ਉਹ ਮੇਰੇ ਖਿਆਲ ਪੰਜਾਬ ਭਵਨ ਦੇ ਵਿੱਚ ਇੱਕ ਫੰਕਸ਼ਨ ਸੀ, ਉਹਦੇ ਬਾਰੇ ਕੋਈ ਇਹ ਕਨਫਰਮ ਨਹੀਂ ਹੋ ਸਕਿਆ ਵੀ ਸੀ ਐਮ ਨੇ ਕੋਈ ਪੋਲੀਟੀਕਲ ਮੋਟਿਵ ਤੋਂ ਹੋਰ ਲੰਚ ਬੁਲਾਇਆ ਸੀ ਜਾਂ ਨਹੀਂ, ਇਹ ਗੱਲ ਐਸਟੈਬਲਿਸ਼ ਨਹੀਂ ਹੋਈ ਬਾਅਦ 'ਚ। ਹਾਂ, ਇੰਨਾ ਜ਼ਰੂਰ ਸੀ ਵੀ ਐਮ ਐਲ ਏ ਬੁਲਾਏ ਸੀ, ਉੱਥੇ ਸਿਰਫ 22 ਐਮ ਐਲ ਏ ਗਏ, ਪਰ ਉਹ ਸੀ ਐਮ ਦੀ ਕੋਈ ਪੋਲੀਟੀਕਲ ਮੂਵ ਸੀ ਇਟਸ ਨੋਟ ਕਲੀਅਰ। ਅਤੇ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਜੀ, ਬ੍ਰਹਮਪੁਰਾ ਹੋਰਾਂ ਨੇ ਆਪਣਾ ਜਿਹੜਾ ਜੀ ਨਵਾਂ ਇੱਕ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਿਆ, ਸੁਖਬੀਰ ਸਿੰਘ ਬਾਦਲ ਹੋਰਾਂ ਦੀ ਤੁਸੀਂ ਗੱਲ ਕੀਤੀ, ਉਹਨਾਂ ਦਾ ਜਿਹੜਾ 2-3 ਦਿਨ ਦਾ ਵਿਚਰਨ ਦਾ ਤਰੀਕਾ ਹੀ ਬਦਲ ਗਿਆ, ਉਹ ਹੁਣ ਆਮ ਲੋਕਾਂ 'ਚ ਉਹ ਲੱਤ 'ਤੇ ਲੱਤ ਧਰ ਕੇ ਨਹੀਂ ਬਿੰਦੇ, ਉਹ ਵਿੱਚ ਜਿਹੜਾ ਜੀ ਆ ਗਏ ਉਹਨਾਂ ਨੂੰ ਉੱਥੇ ਕੁ ਤਾਂ ਲੈ ਆਉਂਦਾ। ਸੁਖਪਾਲ ਸਿੰਘ ਖਹਿਰਾ ਹੁਰੀ ਜਿਹੜੇ ਜੀ ਉਹ ਡਾਕਟਰ ਗਾਂਧੀ ਅਤੇ ਬੈਂਸ ਭਰਾਵਾਂ ਦੇ ਨਾਲ ਮਿਲ ਕੇ ਉਹ ਇਨਸਾਫ ਮੋਰਚਾ ਜਾਂ ਬਣਾ ਕੇ ਆ ਗਏ ਜੀ, ਉਹ ਪੰਜਾਬ ਜਿਹੜਾ ਡੈਮੋਕ੍ਰੇਟਿਕ ਫਰੰਟ ਹੈ। ਤੁਹਾਨੂੰ ਲੱਗਦਾ ਹੈ ਕਿ ਲੋਕ ਜਿਹੜੇ ਕਿ ਅਜੇ ਵੀ ਇੱਕ ਆਸ ਦੇ ਵਿੱਚ ਹੈ ਕਿ ਉਹਨਾਂ ਨੂੰ ਲੱਗਦਾ ਕਿ ਕੋਈ ਸਾਡੀ ਗੱਲ ਸੁਣਨ ਵਾਲਾ ਆਊਗਾ, ਇੱਕ ਧਿਰ ਜਿਹੜੀ ਉੱਠੂਗੀ ਜਿਹੜੀ ਪੰਜਾਬ ਦੀ ਗੱਲ ਕਰੂਗੀ, ਇਹ ਜਿਹੜੇ ਮੌਜੂਦਾ ਇਹ ਹਿਲਜੁਲ ਹੋਈ ਹੈ, ਇਹਦੇ 'ਚ ਤੁਹਾਨੂੰ ਕੋਈ ਦਿਸਦਾ ਹੈ ਇੱਦਾਂ ਦਾ? ਫਿਲਹਾਲ ਕੋਈ ਇਸ ਤਰ੍ਹਾਂ ਦੀ ਕੋਈ ਵੱਡੀ ਅਚੀਵਮੈਂਟ, ਵੱਡੀ ਘਟਨਾ ਜਾਂ ਕੋਈ ਵੱਡੀ ਪੋਲੀਟੀਕਲ ਡਿਵੈਲਪਮੈਂਟ ਜਿਹੜੀ ਹੈ ਉਹ ਦਿਖਾਈ ਨਹੀਂ ਦਿੰਦੀ, ਕਿਉਂਕਿ ਜੇ ਅਸੀਂ ਨਵੇਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਹਜੇ ਮਾਝੇ ਦੇ 3-4 ਲੀਡਰ ਨੇ ਜਿਹੜੇ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਹੋ ਗਏ, ਡਾਕਟਰ ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਮਾ, ਐਂਡ ਮਾਝੇ ਦੇ ਵਿੱਚ ਤਾਂ ਉਹਨਾਂ ਦਾ ਬੇਸ ਹੈ, ਮਾਲਵੇ ਅਤੇ ਦੁਆਬੇ ਦੇ ਵਿੱਚੋਂ ਉਹਨਾਂ ਨੂੰ ਕੋਈ ਵੱਡਾ ਕੱਦਾਵਰ ਲੀਡਰ ਅਜੇ ਆਇਆ ਨਹੀਂ। ਹਾਂ, ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ 'ਚੋਂ ਬਗਾਵਤ ਖੁੱਲ੍ਹੀ ਨਹੀਂ ਕੀਤੀ, ਉਹ ਚੁੱਪ ਕਰਕੇ ਅਸਤੀਫਾ ਦੇ ਕੇ ਪਾਸੇ ਬਹਿ ਗਏ। ਜੇ ਉਹ ਮਾਲਵੇ ਦੇ ਵਿੱਚੋਂ ਉਸ ਧਿਰ ਨਾਲ ਜੁੜ ਜਾਂਦੇ ਨੇ, ਜਿਹਦੀ ਕਿ ਹਜੇ ਕੋਈ ਸੰਭਾਵਨਾ ਲੱਗਦੀ ਨਹੀਂ, ਇਹ ਮੈਨੂੰ ਲੱਗਦਾ ਵੀ 2019 ਦੀ ਇਲੈਕਸ਼ਨ ਤੋਂ ਬਾਅਦ ਕੋਈ ਹੋ ਸਕਦਾ ਘਟਨਾਕ੍ਰਮ ਚੇਂਜ ਹੋਵੇ, ਫਿਰ ਜ਼ਰੂਰ ਆਪਾਂ ਇੱਕ ਉਹਨੂੰ ਤੀਜੀ ਧਿਰ ਮੰਨ ਲਵਾਂਗੇ, ਜੇ ਸਾਰੇ ਪੰਜਾਬ ਦੇ ਸਾਰੇ ਪਾਸਿਆਂ ਤੋਂ ਲੀਡਰਸ਼ਿਪ ਉਹਨਾਂ ਨੂੰ ਜੁੜਦੀ ਹੈ। ਪਰ ਮਾਝਾ ਬਹੁਤ ਸਪੋਰਟ ਹਮੇਸ਼ਾ ਜਿਹੜਾ ਜੀ ਉਹ ਕਰਦਾ ਰਿਹਾ ਅਕਾਲੀ ਦਲ ਦੀ, ਹਮੇਸ਼ਾ ਉਹਨੂੰ ਆਲਵੇਜ਼ ਮਿਲੀ ਹੈ, ਹੁਣ ਖਡੂਰ ਸਾਹਿਬ ਤੋਂ ਉਹ ਚਲੇ ਗਏ। ਇਸ ਸਵਾਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਅਕਾਲੀ ਦਲ ਨੂੰ ਅਤੇ ਬੀਜੇਪੀ ਨੂੰ ਮਾਝੇ ਦੀਆਂ 3 ਸੀਟਾਂ ਜਿਹੜੀਆਂ ਜਿੱਤਣੀਆਂ ਬੜਾ ਵੱਡਾ ਚੈਲੇਂਜ ਹੈ, ਇਹ ਕੁਐਸਚਨ ਮਾਰਕ ਲੱਗ ਗਿਆ ਖਡੂਰ ਸਾਹਿਬ, ਅੰਮ੍ਰਿਤਸਰ ਅਤੇ ਗੁਰਦਾਸਪੁਰ। ਇਹ ਬਿਲਕੁਲ ਜੀ, ਔਰ ਇਹਦਾ ਕੀ ਜਿਹੜਾ ਜਦੋਂ ਗੁਰਚਰਨ ਸਿੰਘ ਟੌੜਾ ਹੋਰੀ ਵੱਖਰੇ ਹੋਏ, ਉਹਨਾਂ ਨੇ ਸਰਬਹਿੰਦ ਅਕਾਲੀ ਦਲ ਬਣਾ ਲਿਆ, ਉਹ ਆਪ ਤਾਂ ਨਹੀਂ ਜਿੱਤ ਸਕੇ, ਅਕਾਲੀ ਦਲ ਬਾਦਲ ਨੂੰ ਹਰਾ ਗਏ, ਇਸ ਤਰ੍ਹਾਂ ਦਾ ਕੁਛ ਇਹ ਸਨੈਰੀਓ ਬਣ ਜੂਗਾ, ਔਰ ਜਿਹੜਾ ਉਹ ਡੈਮੋਕ੍ਰੇਟਿਕ ਫਰੰਟ ਬਣ ਗਿਆ ਉਹ ਇਸ ਤਰ੍ਹਾਂ ਦਾ ਸਨੈਰੀਓ ਆਮ ਆਦਮੀ ਪਾਰਟੀ ਦੇ ਵਾਸਤੇ ਬਣ ਜੂਗਾ, ਅਤੇ ਕਾਂਗਰਸ ਜਿਹਦੀ ਕਾਰਗੁਜ਼ਾਰੀ ਦੀ ਤੁਸੀਂ ਗੱਲ ਬੜੀ ਡਿਟੇਲ ਦੇ ਵਿੱਚ ਦੱਸ ਦਿੱਤੀ ਹੈ, ਉਹ ਬੈਠਿਆਂ ਬਿਠਾਇਆਂ ਸੁਰਖਰੂ ਮਹਿਸੂਸ ਕਰ ਰਹੀ ਹੈ? ਮੈਨੂੰ ਲੱਗਦਾ ਵੀ ਕਾਂਗਰਸੀ ਕੰਮ ਵੀ ਇਸੇ ਕਰਕੇ ਨਹੀਂ ਲੋਕਾਂ ਦੇ ਕੋਈ ਲੋਕ ਪੱਖੀ ਕਰਦੇ ਜਾਂ ਗੌਰਮੈਂਟ ਦੀ ਕਾਰਗੁਜ਼ਾਰੀ ਨੂੰ ਸੁਧਾਰਨ ਵੱਲ ਤਵੱਜੋ ਦਿੰਦੇ, ਉਹਨਾਂ ਨੂੰ ਪਤਾ ਵੀ ਆਪੋਜੀਸ਼ਨ ਦਾ ਮੈਦਾਨ ਤਾਂ ਖਾਲੀ ਹੈ, ਉਹਨਾਂ ਦਾ ਪੈਰ ਹੇਠ, ਜੋ ਪੰਜਾਬੀ ਦੀ ਕਹਾਵਤ ਹੈ, ਪੈਰ ਹੇਠ ਬਟੇਰਾ ਆਇਆ ਹੋਇਆ, ਅਸਲ 'ਚ ਸਟਰੋਂਗ ਆਪੋਜੀਸ਼ਨ ਨਾ ਹੋਣਾ, ਮੈਂ ਉਹੀ ਕਹਿੰਦਾ ਵੀ ਲੋਕਾਂ ਦਾ ਨੁਕਸਾਨ ਹੈ, ਲੋਕਾਂ ਦਾ ਨੁਕਸਾਨ ਹੋ ਰਿਹਾ। ਬਿਲਕੁਲ, ਇੱਕ ਪਾਸੇ ਨੂੰ ਜਿਹੜਾ ਜੀ ਉਹ ਪੈਰ ਨਿਕਲਦੇ ਨੇ ਦਵਿੰਦਰਪਾਲ ਜੀ, ਇਹ ਹੈ ਕਿ ਜਿੰਨੀਆਂ ਸੀਟਾਂ ਜਿਹੜੀਆਂ ਜੀ ਉਹ ਦੇ ਦਿੱਤੀਆਂ, ਜਿੰਨੀ ਸਟਰੋਂਗ ਕਾਂਗਰਸ ਬਣ ਗਈ, ਆਪੋਜੀਸ਼ਨ ਜਿਹੜੀ ਹੈ ਉਹ ਆਈ ਤਾਂ ਸਹੀ ਪਰ ਬਹੁਤ ਛੋਟੀ ਜੀ, ਔਰ ਉਹ ਵੀ ਆਪਸ ਦੇ ਵਿੱਚ ਜਿਹੜਾ ਜੀ ਉਹ ਪਾਟਕੀ, ਜਿਹੜੀ ਕਿ ਲੋਕਾਂ ਦੀ ਮੁਸ਼ਕਲ ਦਾ ਵੱਡਾ ਸਬੱਬ ਇਸ ਵੇਲੇ ਜਿਹੜਾ ਜੀ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ, ਉਹ ਹਾਲਾਤ ਨੇ ਪੰਜਾਬ ਵਾਲਿਆਂ ਦੇ, ਆਪ ਹੀ ਜਿਹੜਾ ਜੀ ਉਹ ਫਸ ਗਏ। ਅਸੀਂ ਗੱਲਬਾਤ ਜਿਹੜੀ ਦਵਿੰਦਰਪਾਲ ਜੀ ਦੇ ਨਾਲ ਕਰਾਂਗੇ, ਜਿਹੜੀ ਉਹਨਾਂ ਦੀ ਇੱਕ ਖਾਸ ਤੌਰ ਦੇ ਉੱਤੇ ਜਿਹੜੀ ਰਿਪੋਰਟਿੰਗ ਹੁੰਦੀ ਆ ਉਹ ਪੁਲਿਸ ਦੇ ਬਾਰੇ ਦੇ ਵਿੱਚ ਕੁਛ ਅੰਦਰੂਨੀ ਗੱਲਾਂ, ਜੋ ਸਾਰਾ ਢਾਂਚਾ ਜਿਹੜਾ ਚੱਲ ਰਿਹਾ ਉਹਦੇ ਬਾਰੇ ਜ਼ਿਆਦਾ ਜਿਹੜੀ ਉਹ ਰਿਪੋਰਟਿੰਗ ਕਰਦੇ ਨੇ। ਪੁਲਿਸ ਦਾ ਖੂਨੀ ਚਿਹਰਾ ਜਿਹੜਾ ਜੀ ਉਹ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕੁਛ ਅਦਾਲਤੀ ਫੈਸਲੇ ਆਏ ਉਹਨਾਂ ਦੇ ਰੂਪ ਦੇ ਵਿੱਚ ਜਾਂ ਉਂਝ ਅਕਸਰ ਜਿਹੜਾ ਜੀ ਉਹ ਦਿਸਦਾ, ਉਹਦਾ ਕਾਰਨ ਕੀ ਹੈ ਇਹਦੇ ਉੱਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ ਫਾਇਰ ਲਾਈਨ ਦੇ ਵਿੱਚ। ਦਵਿੰਦਰਪਾਲ ਜੀ ਮੇਰੇ ਨਾਲ ਮਹਿਮਾਨ ਮੌਜੂਦ ਨੇ, ਪੰਜਾਬ ਦੇ ਸੀਨੀਅਰ ਉਹ ਪੱਤਰਕਾਰ ਨੇ, ਔਰ ਜਿਵੇਂ ਮੈਂ ਸਟਾਰਟਿੰਗ 'ਚ ਇੰਟਰੋਡਕਸ਼ਨ ਦੇ ਵਿੱਚ ਗੱਲ ਆਖੀ ਸੀ ਕਿ ਜਿਹੜੀ ਸਟੋਰੀ ਹੈ
ਕਿਉਂਕਿ ਜਿਹੜੀ ਪੱਤਰਕਾਰਤਾ ਹੈ ਉਹਦਾ ਉਹਦੇ ਵਿੱਚ ਜਿਹੜਾ ਜੀ ਮੇਨ ਜਿਹੜਾ ਲੈਸਨ ਹੈ ਜਿਹੜਾ ਮੇਨ ਸਬਜੈਕਟ ਹੈ ਉਹ ਸਟੋਰੀ ਡਿੱਗ ਕਰਨੀ ਹੈ ਔਰ ਉਹਨਾਂ ਪੱਤਰਕਾਰਾਂ ਦੇ ਵਿੱਚੋਂ ਨੇ ਜੀ ਜਿਹੜੇ ਸਟੋਰੀ ਕ੍ਰੀਏਟ ਕਰਦੇ ਨੇ ਕਿ ਇਹਦੀ ਬੈਕਗਰਾਉਂਡ ਜਿਹੜੀ ਜੀ ਉਹ ਕੀ ਆ ਅਸਲ ਦੇ ਵਿੱਚ ਪੱਤਰਕਾਰਤਾ ਜਿਹੜੀ ਉਹ ਉਹੀ ਹੈ। ਜਵਿੰਦਰ ਭਾਅ ਜੀ ਜਿਹੜੀਆਂ ਤੁਹਾਡੀਆਂ ਸਟੋਰੀਜ਼ ਨੇ ਮੈਂ ਖੁਦ ਬਹੁਤ ਫੈਨ ਹਾਂ ਜੀ ਤੁਹਾਡੇ ਅਦਾਰੇ ਦਾ ਤੁਹਾਡਾ ਜਿਸ ਤਰੀਕੇ ਦੇ ਨਾਲ ਤੁਸੀਂ ਬੋਲਡ ਹੋ ਕੇ ਜਿਹੜਾ ਜੀ ਉਹ ਲਿਖਦੇ ਹੋ ਉਹ ਡਿੱਗ ਕਰਕੇ ਜਿਹੜੀ ਉਹ ਸਟੋਰੀ ਲਿਆਉਂਦੇ ਹੋ। ਪੰਜਾਬ ਦੀ ਪੁਲਿਸ ਦਾ ਜਿਹੜਾ ਜੀ ਉਹ ਖਾਕੀ ਜਾਂ ਜਿਹੜਾ ਖੂਨੀ ਚਿਹਰਾ ਖੱਖੇ ਦੇ ਨਾਲ ਹੀ ਜਿਹੜਾ ਜੀ ਉਹ ਬੜਾ ਫੇਮਸ ਰਹਿੰਦਾ ਚਾਹੇ ਉਹ ਬਿਆਸ ਦੇ ਨੇੜੇ ਉਹ ਵਾਪਰੀ ਘਟਨਾ ਪਿਛਲੇ ਦਿਨਾਂ ਵਾਲੀ ਹੋਵੇ ਚਾਹੇ 32-32-30-30 ਸਾਲ ਬਾਅਦ ਅੱਜ ਆ ਰਹੇ ਫੈਸਲੇ ਹੋਣ 15 ਸਾਲ ਦਾ ਮੁੰਡਾ ਹੀ ਜਿਹੜਾ ਜੀ ਉਹ ਚੁੱਕ ਕੇ ਖਪਾ ਦਿੱਤਾ ਜਾਂ ਜੋ ਕੁਛ ਵੀ ਆ ਬਰਗਾੜੀ ਦੇ ਨਾਲ ਵੀ ਜਿਹੜਾ ਜੀ ਪੁਲਿਸ ਦਾ ਉਹ ਚਿਹਰਾ ਹੀ ਸੀਗਾ ਇੱਕ ਜਿੰਨੀਆਂ CCTV ਫੁਟੇਜ ਜਿਹੜੀਆਂ ਉਹ ਸਾਹਮਣੇ ਆ ਗਈਆਂ ਕਿਉਂਕਿ ਤੁਸੀਂ ਬਹੁਤ ਨੇੜਿਓਂ ਜਿਹੜਾ ਜੀ ਉਹ ਜਾਣਦੇ ਹੋ। ਇਹ ਕਿਹਾ ਜਾਂਦਾ ਕਿ ਨਵੇਂ ਮੁੰਡੇ ਆ ਗਏ ਚੰਗੇ ਘਰਾਂ ਦੇ ਨੇ ਪੜ੍ਹੇ ਲਿਖੇ ਨੇ ਉਹ ਆਫੀਸਰ ਪਰ ਇਹ ਜਿਹੜੀ ਦਿੱਖ ਹੈ ਇਹ ਜਿਹੜਾ ਫੇਸ ਹੈ ਪੁਲਿਸ ਦਾ ਇੱਕ ਫਰੈਂਡਲੀ ਜਿਹੜਾ ਹੋਣਾ ਉਹ ਬਦਲ ਨਹੀਂ ਸਕਿਆ ਕੀ ਕਾਰਨ ਹੈ? ਮੈਂ ਨਾ ਤੁਹਾਨੂੰ ਇਹਦੇ 'ਚ ਇੱਕ ਐਗਜ਼ਾਮਪਲ ਸੁਣਾਉਂ। ਇੱਕ ਪੰਜਾਬ ਪੁਲਿਸ ਦੇ ਸੀਨੀਅਰ ਆਫੀਸਰ ਨੇ DGP ਰੈਂਕ ਦੇ ਅਫਸਰ ਨੇ ਮੈਨੂੰ ਗੱਲ ਸੁਣਾਈ ਜੀ। ਉਹ ਕਿਸੇ ਵੇਲੇ ਲੁਧਿਆਣੇ ਪੋਸਟਡ ਹੋਇਆ ਜੀ, ਇਹ ਕਾਫੀ ਪੁਰਾਣੀ ਗੱਲ ਹੈ, 5-7 ਸਾਲ ਪੁਰਾਣੀ ਗੱਲ ਹੈ। ਉਹ ਕਹਿੰਦਾ ਵੀ ਜਿਸ ਵੇਲੇ ਮੈਂ ਲੁਧਿਆਣੇ ਪੋਸਟਡ ਸੀ ਉੱਥੇ ਪੁਲਿਸ ਦੇ ਵਿੱਚ ਕਈ ਪੁਲਿਸ ਇੰਸਪੈਕਟਰ ਐਸੇ ਸੀ ਵੀ ਜਿਨ੍ਹਾਂ ਦੀ 500 ਤੋਂ ਲੈ ਕੇ 1,000 ਕਰੋੜ ਤੱਕ ਦੀ ਪ੍ਰੋਪਰਟੀ ਸੀ। ਅੱਛਾ, ਤੁਸੀਂ ਅੰਦਾਜ਼ਾ ਲਾ ਲਓ ਉਸ ਪੁਲਿਸ ਫੋਰਸ ਦਾ ਕੀ ਬਣੂ। ਅਸਲ ਸਾਡੀ ਪੰਜਾਬੀਆਂ ਦੀ ਟ੍ਰੈਜਡੀ ਇਹ ਹੋ ਗਈ ਵੀ ਕਿਸੇ ਤਰ੍ਹਾਂ ਦੇ ਵੀ ਹਿਊਮਨ ਰਾਈਟਸ ਵਾਇਲੇਸ਼ਨ ਜਿਹੜੀ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਜਾਂ ਪੁਲਿਸ ਵੱਲੋਂ ਲੋਕਾਂ 'ਚ ਧੱਕਾ ਕੀਤਾ ਜਾਂਦਾ ਹੈ ਉਹਨੂੰ ਪੁਲਿਸ ਦਾ ਮੋਰਾਲ ਉੱਚਾ ਚੁੱਕ ਰੱਖਣ ਦੇ ਵਾਸਤੇ ਕਵਰ ਅਪ ਕੀਤਾ ਜਾਂਦਾ ਹੈ। ਸਿਮਿਲਰਲੀ ਬਰਗਾੜੀ ਵਾਲੇ ਕੇਸ 'ਚ ਕੀ ਜੀ, 2 ਮੁੰਡੇ ਉੱਥੇ ਪੁਲਿਸ ਨੇ ਮਾਰੇ। ਸਿਰਫ ਇਸ ਕਰਕੇ ਅਕਾਲੀ ਦਲ ਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਗੌਰਮੈਂਟ ਨੇ ਐਕਸ਼ਨ ਨਹੀਂ ਲਿਆ, ਪੁਲਿਸ ਦਾ ਮੋਰਾਲ ਉੱਚਾ ਰੱਖਣਾ ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੋਗੇ ਦਾ SSP ਸੀ ਰਾਜਜੀਤ ਸਿੰਘ ਜੀ, ਉਸਦੇ ਇਸ਼ੂ 'ਤੇ ਕੈਪਟਨ ਅਮਰਿੰਦਰ ਸਿੰਘ 'ਤੇ ਪੋਲੀਟੀਕਲ ਵੀ ਐਡਮਿਨਿਸਟ੍ਰੇਟਿਵ ਵੀ ਦਬਾਅ ਪਿਆ ਵੀ ਇਸ ਅਫਸਰ ਨੂੰ ਬਦਲੋ। ਸਾਡੇ 2 ਸੀਨੀਅਰ ਪੁਲਿਸ ਆਫਿਸਰ ਇਸੇ ਗੱਲ ਦੀ ਦੁਹਾਈ ਦਿੰਦੇ ਸੀ ਵੀ ਜੇ ਇਸ ਪੁਲਿਸ ਅਫਸਰ ਨੂੰ ਬਦਲਦਾ ਪੁਲਿਸ ਦਾ ਮੋਰਾਲ ਡਿੱਗ ਪੂਗਾ ਜੀ। ਪੁਲਿਸ 'ਚ ਆਪੋ ਤਾਪੀ ਅਤੇ ਪੁਲਿਸ ਦੇ ਵਿੱਚ ਧੜੇਬੰਦੀ ਇੰਨੀ ਜ਼ਿਆਦਾ ਹੈ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਊ ਵੀ ਹਾਈ ਕੋਰਟ ਦੇ ਵਿੱਚ ਕੇਸ ਗਿਆ ਹਰਪ੍ਰੀਤ ਸਿੱਧੂ ਦੇ ਖਿਲਾਫ, ਪਹਿਲਾਂ ਰਾਜਜੀਤ ਸਿੰਘ ਨੇ ਪਟੀਸ਼ਨ ਪਾਈ ਵੀ ਇਹ ਮੇਰੇ ਖਿਲਾਫ ਐਕਸ਼ਨ ਕਰਨਾ ਚਾਹੁੰਦਾ, ਮੇਰੇ ਖਿਲਾਫ ਕਾਰਵਾਈ ਕਰਨਾ ਚਾਹੁੰਦਾ। ਉਸੇ ਰਾਜਜੀਤ ਸਿੰਘ ਦੀ ਪਟੀਸ਼ਨ 'ਤੇ ਜਦੋਂ ਹਾਈ ਕੋਰਟ ਨੇ ਇੱਕ SIT ਬਣਾਈ ਐਸ ਚਟੋਪਾਧਿਆ ਦੀ ਅਗਵਾਈ 'ਚ, ਤਾਂ ਐਸ ਚਟੋਪਾਧਿਆ ਨੇ ਪ੍ਰੈਜੈਂਟ ਡਾਇਰੈਕਟਰ ਜਨਰਲ ਆਫ ਪੁਲਿਸ ਮਿਸਟਰ ਸੁਰੇਸ਼ ਅਰੋੜਾ ਅਤੇ ਇੰਟੈਲੀਜੈਂਸ ਚੀਫ ਦਿਨਕਰ ਗੁਪਤਾ ਨੂੰ ਕਟਹਿਰੇ 'ਚ ਲਿਆ ਖੜਾ ਕੀਤਾ। ਉਹਦੇ ਨਾਲ ਪੁਲਿਸ ਦੀ ਜਿਹੜੀ ਧੜੇਬੰਦੀ ਹੈ ਉਹ ਸਾਰੀ ਇਵਨ ਕਿ ਚੀਫ ਮਿਨਿਸਟਰ ਨੂੰ ਇੱਥੋਂ ਤੱਕ ਹੈ ਵੀ ਆਪਦੇ ਆਫਿਸ ਦੇ ਵਿੱਚ DGP ਅਤੇ AD ਰੈਂਕ ਦੇ ਅਫਸਰਾਂ ਦੀ ਮੀਟਿੰਗ ਬੁਲਾ ਕੇ ਸਾਰਿਆਂ ਨੂੰ ਤਾੜਨਾ ਕਰਨੀ ਪਈ ਵੀ ਅਨੁਸ਼ਾਸਨ 'ਚ ਰਹੋ। ਜਿੱਥੇ DGP ਅਤੇ AD ਰੈਂਕ ਦੇ ਅਫਸਰ ਕੁੱਕੜਾਂ ਵਾਂਗੂ ਲੜਨ, ਉੱਥੇ ਹੇਠਾਂ ਕੀ ਹੋਊ, ਲੋਕਾਂ ਦੀ ਸੁਣਵਾਈ ਹੋਊ, ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ ਕਿਹੋ ਜਿਹਾ ਆਪੋ ਤਾਪੀ ਦਾ ਮਾਹੌਲ ਹੋਊਗਾ। ਹੁਣ ਇਸ ਵੇਲੇ ਪੰਜਾਬ ਪੁਲਿਸ ਐਕਸਟੈਂਸ਼ਨ 'ਤੇ ਚੱਲ ਰਹੀ ਹੈ ਜੀ, ਬਿਲਕੁਲ। ਅਰੋੜਾ, ਮਿਸਟਰ ਅਰੋੜਾ ਦੀ ਰਿਟਾਇਰਮੈਂਟ 30 ਸਤੰਬਰ ਨੂੰ ਹੋਣੀ ਸੀ, 3 ਮਹੀਨੇ ਦੀ ਐਕਸਟੈਂਸ਼ਨ ਦਿੱਤੀ ਸਰਕਾਰ ਨੇ, ਹੁਣ ਸੁਪਰੀਮ ਕੋਰਟ ਨੇ 1 ਮਹੀਨੇ ਦੀ ਹੋਰ ਦਿੱਤੀ। ਇਹ ਤਾਂ ਟੈਂਪਰੇਰੀ ਹੈ ਨਾ ਸਾਰਾ ਕੁਛ, ਬਿਲਕੁਲ। ਪਹਿਲੀ ਗੱਲ ਤਾਂ ਸਾਰੀ ਪਾਰਟੀ ਮਿਸਟਰ ਅਰੋੜਾ ਦੇ ਇਸ ਕਰਕੇ ਖਿਲਾਫ਼ ਸੀ ਵੀ ਇਹ ਅਕਾਲੀ ਦਲ ਗੌਰਮੈਂਟ ਦਾ ਲਾਇਆ ਹੋਇਆ, ਅਤੇ ਇਸ ਲਈ DGP ਚੇਂਜ ਕਰਨਾ ਚਾਹੀਦਾ। ਚਲੋ ਠੀਕ ਹੈ, ਚੀਫ ਮਿਨਿਸਟਰ ਨੂੰ ਉਹਨਾਂ ਦੀ ਕਾਬਲੀਅਤ ਠੀਕ ਲੱਗਦੀ ਹੋਊ, ਬਿਹਤਰ ਲੱਗਦੀ ਹੋਊ, ਆਪਾਂ ਇਸ ਸਵਾਲ 'ਚ ਨਹੀਂ ਪੈ ਸਕਦੇ, ਅਤੇ ਪਰ ਇਹ ਟੈਂਪਰੇਰੀ ਕੰਮ ਕਿੰਨਾ ਚਿਰ ਚੱਲੂ, ਕਿਉਂਕਿ ਪੁਲਿਸ ਬੜਾ ਸੈਂਸਿਟਿਵ ਡਿਪਾਰਟਮੈਂਟ ਹੈ। ਜਿੰਦਰਪਾਲ ਜੀ, ਜਿਹੜੇ ਜਦੋਂ 10 ਸਾਲ ਅਕਾਲੀ BJP ਸਰਕਾਰ ਰਹੀ, ਉਹਨਾਂ ਦੇ ਜਿਹੜੇ ਉਹ ਹਲਕਾ ਇੰਚਾਰਜ ਸੀਗੇ, ਹਲਕਾ ਇੰਚਾਰਜ ਹੀ ਉਹ ਬਣ ਗਏ ਤਕਰੀਬਨ, ਉਹਨਾਂ ਨੇ ਜਿਵੇਂ ਉਹਨਾਂ ਦੇ ਥਾਣੇ ਅਧੀਨ ਕਰ ਦਿੱਤੇ ਗਏ, ਉਹਨਾਂ ਨੇ ਕਮਾਊ ਇੱਕ ਬਣਾ ਲਿਆ ਵੀ ਕਿਹੜਾ ਕਿੰਨਾ ਕਿੰਨਾ ਥਾਣਾ ਜਿਹੜਾ ਜੀ ਉਹ ਮੈਨੂੰ ਦਊਗਾ। ਇਹ ਜਿਹੜੀ ਕਰਪਸ਼ਨ ਹੈ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, 500 ਕਰੋੜ, 1,000 ਕਰੋੜ, ਇਹ ਉਹਨਾਂ ਚੀਜ਼ਾਂ ਨੇ ਵਧਾਈ ਅੱਜ ਵੀ ਚਾਹੇ ਉਹ ਹਾਰੇ ਹੋਏ ਨੇ ਚਾਹੇ ਜਿੱਤੇ ਹੋਏ? ਉਵੇਂ ਹੀ ਚੱਲ ਰਿਹਾ ਜੀ, ਬਿਲਕੁਲ ਉਵੇਂ ਹੀ ਚੱਲ ਰਿਹਾ। ਮੈਨੂੰ ਕੱਲ੍ਹ ਦੀ ਗੱਲ ਹੀ ਹੈ, ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ। ਬਰਨਾਲਾ ਡਿਸਟ੍ਰਿਕਟ ਤੋਂ ਮੈਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ, ਕਹਿੰਦਾ ਜੀ ਸਾਡੇ ਗੁਆਂਢ ਦੇ ਵਿੱਚ ਚਿੱਟਾ ਸਪਲਾਈ ਕਰਨ ਵਾਲਾ ਕੋਈ ਸਮਗਲਰ ਆਇਆ ਸੀ, ਅਸੀਂ ਫੜ ਕੇ ਬਿਠਾ ਲਿਆ, ਪੁਲਿਸ ਸਾਡੀ ਸੁਣਦੀ ਨਹੀਂ। ਮੈਂ ਉਹਨੂੰ
ਡੀ ਜੀ ਪੀ ਤੱਕ ਦੇ ਕਈ 5-7 ਪੁਲਿਸ ਅਫਸਰਾਂ ਦੇ ਨੰਬਰ ਦਿੱਤੇ ਅਤੇ ਕਿਸੇ ਨੇ ਨਹੀਂ ਸੁਣੀ ਉਹਦੀ। ਸਮਗਲਰ ਨੂੰ ਫੜਾਈ ਬਿਠਾਈ ਬੈਠਿਆ ਘਰੇ, ਫੜਨਾ ਤਾਂ ਪੁਲਿਸ ਨੇ ਹੁੰਦਾ, ਲੋਕ ਫੜੀ ਬੈਠੇ ਤਾਂ ਵੀ ਨਹੀਂ ਫੜਨ ਜਾਂਦੀ ਪੁਲਿਸ। ਹਾਲਤ ਤਾਂ ਆਏ ਨੇ, ਪੈਸਾ ਮੁੱਖ ਹੋ ਗਿਆ ਜੀ। ਅਸਲ 'ਚ ਕੀ ਹੈ ਜੀ, ਲੋਕਾਂ ਲਈ ਕੋਈ ਕੰਮ ਨਹੀਂ ਕਰਦਾ, ਆਪਣੇ ਲਈ ਕੰਮ ਕਰਦੇ ਨੇ। ਅਸਲ 'ਚ ਹੁਣ ਚਾਹੇ ਸਰਪੰਚ ਤੋਂ ਲੈ ਕੇ ਚੀਫ ਮਿਨਿਸਟਰ ਤੱਕ ਲੈ ਲਓ, ਚਪੜਾਸੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਲੈ ਲਓ, ਸਿਪਾਹੀ ਤੋਂ ਲੈ ਕੇ ਡੀ ਜੀ ਪੀ ਤੱਕ ਲੈ ਲਓ, ਮੈਜੋਰਟੀ ਬੰਦੇ ਤੁਹਾਨੂੰ ਦੱਸਣਗੇ। 100% ਤਾਂ ਚਲੋ ਕਿਸੇ ਕਿਸਮ ਦਾ ਬਿਜ਼ਨਸ ਨਹੀਂ ਹੁੰਦਾ, ਮੈਜੋਰਟੀ ਬੰਦੇ ਤੁਸੀਂ ਦੇਖੋਗੇ ਵੀ ਉਹ ਆਪਣੇ ਲਈ ਕੰਮ ਕਰਦੇ ਨੇ, ਜਿੱਥੋਂ ਉਹ ਟੈਕਸਪੇਅਰਸ ਦੇ ਮਨੀ ਤੋਂ ਪੈਸਾ ਲੈਂਦੇ ਨੇ ਨਾ, ਲੋਕਾਂ ਲਈ ਕੰਮ ਕਰਦੇ ਘੱਟ ਦਿਸਦੇ ਨੇ। ਜਿਹੜਾ ਪੁਲਿਸ ਦਾ ਸਿਆਸੀਕਰਨ ਜਿਹੜਾ ਜੀ ਉਹ ਹੋ ਜਾਣਾ, ਤੁਹਾਨੂੰ ਲੱਗਦਾ ਹੈ ਕਿ ਪੰਜਾਬ ਪੁਲਿਸ ਆਪਾਂ ਉਹਦੇ ਉੱਤੇ ਹੀ ਜੇ ਰਹੀਏ ਤਾਂ ਉਹ ਕਦੀ ਇਸ ਸਿਆਸੀ ਜੂੜੇ ਹੇਠੋਂ ਨਿਕਲ ਸਕੂਗੀ ਆਉਂਦੇ ਸਮੇਂ 'ਚ? ਮੈਨੂੰ ਹੁਣ ਕੋਈ ਉਮੀਦ ਲੱਗਦੀ ਨਹੀਂ, ਮੈਨੂੰ ਲੱਗਦਾ ਨਹੀਂ ਪੰਜਾਬ ਪੁਲਿਸ ਨੂੰ, ਕਿਉਂਕਿ ਅਸਲ 'ਚ ਕੀ ਹੈ, ਸਾਡੇ ਰੂਲਰਸ ਨੂੰ ਇਹ ਗੱਲ ਸਮਝ ਆ ਗਈ, ਹਾਕਮਾਂ ਨੂੰ ਇਹ ਗੱਲ ਸਮਝ ਆ ਗਈ ਵੀ ਪੁਲਿਸ ਦੇ ਥਰੂ ਰੂਲ ਕਰਨਾ। ਪੁਲਿਸ ਉਹਨਾਂ ਨੂੰ ਇੱਕ, ਪੁਲਿਸ ਜਿਹੜੀ ਹੈ ਨਾ ਰੂਲਿੰਗ ਪਾਰਟੀ ਦਾ ਆਰਮਡ ਵਿੰਗ ਬਣ ਜਾਂਦੀ ਹੈ, ਉਹ ਪੁਲਿਸ ਦੇ ਥਰੂ ਹੀ ਓਪੋਜੀਸ਼ਨ ਨੂੰ ਦਬਾਉਣਾ ਹੈ, ਹੋਰ ਜੋ ਵੀ ਕਰਨਾ ਉਹਨਾਂ ਨੂੰ ਪੁਲਿਸ ਦੇ ਥਰੂ ਰਾਜ ਕਰਨਾ ਚਾਹੁੰਦੇ ਨੇ। ਇਹੀ ਕੰਮ ਅਕਾਲੀ ਬੀਜੇਪੀ ਗੌਰਮੈਂਟ ਵੇਲੇ ਹੋਇਆ, ਇਹੀ ਕੁਛ ਹੱਦ ਤੱਕ, 100% ਤਾਂ ਨਹੀਂ, ਕੁਛ ਹੱਦ ਤੱਕ ਹੁਣ ਵੀ ਇਹੀ ਚੱਲ ਰਿਹਾ, ਪੁਲਿਸ ਦੇ ਥਰੂ ਰੂਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਪਰ ਤੁਸੀਂ ਪੰਜਾਬ ਦਾ ਭਵਿੱਖ, ਕਿਉਂਕਿ ਤੁਹਾਡੇ ਵਰਗੇ ਜਿਹੜੇ ਸੀਨੀਅਰ ਲੋਕ ਨੇ ਜੋ ਕਹਿਣ ਨਹੀਂ ਕੋਈ ਆਸ ਜਿਹੜੀ ਉਹ ਨਹੀਂ ਦਿਸਦੀ, ਫਿਰ ਪੰਜਾਬ ਦਾ ਭਵਿੱਖ ਜਿਹੜਾ ਜੀ ਉਹ ਕਿਹੋ ਜਿਹਾ ਤੁਸੀਂ ਵੇਖਦੇ ਹੋ, ਜਿੱਥੋਂ ਕਿ ਨੌਜਵਾਨੀ ਤਾਂ ਤਕਰੀਬਨ ਗਾਇਬ ਹੋ ਗਈ, ਜਾਂ ਤਾਂ ਉਹ ਡਰੱਗ ਖਾ ਗਈ ਉਹਨਾਂ ਨੂੰ, ਇੱਕ ਜਨਰੇਸ਼ਨ ਉਹਦੇ 'ਚ ਖਤਮ ਹੋ ਗਈ, ਰਹਿੰਦੇ ਖੁੰਦੇ ਵਿਚਾਰੇ ਝੋਲੇ ਚੁੱਕ ਕੇ ਚਲੇ ਗਏ ਜੀ, ਉਹਨਾਂ ਕੋਲ ਚੋਇਸ ਕੋਈ ਨਹੀਂ, ਇੱਥੇ ਉਹਨਾਂ ਨੂੰ ਭਵਿੱਖ ਨਹੀਂ ਜਿਹੜਾ ਜੀ ਉਹ ਦਿਸਦਾ, ਉਹ ਬਾਹਰਲੇ ਮੁਲਕਾਂ ਵੱਲ ਨੂੰ ਚਲੇ ਗਏ। ਕਿਹੋ ਜਿਹਾ ਪੰਜਾਬ ਦੇਖ ਰਹੇ ਹੋ ਤੁਸੀਂ ਆਉਣ ਵਾਲੇ ਸਮੇਂ 'ਚ? ਨਹੀਂ, ਇਹ ਬੜਾ ਸੀਰੀਅਸ ਕੁਐਸਚਨ ਹੈ ਜੀ, ਬੜੀ ਸੀਰੀਅਸ ਸਿਚੁਏਸ਼ਨ ਹੈ। ਇੱਕ ਇੱਕ ਪੀੜ੍ਹੀ ਤਾਂ ਸਾਡੀ ਅੱਤਵਾਦ ਨੇ ਖਾਧੀ, ਚਾਹੇ ਉਹ ਅੱਤਵਾਦੀਆਂ ਨੇ ਮਾਰੇ, ਚਾਹੇ ਪੁਲਿਸ ਨੇ ਮਾਰੇ, ਸਰਕਾਰੀ ਗੈਰ ਸਰਕਾਰੀ ਅੱਤਵਾਦ, ਪੂਰੀ ਦੀ ਪੂਰੀ ਪੀੜ੍ਹੀ ਸਾਡੀ ਉਹਨੇ ਖਾਧੀ। ਇੱਕ ਪੀੜ੍ਹੀ ਸਾਡੀ ਨਸ਼ਿਆਂ ਨੇ ਖਾ ਲਈ, ਇੱਕ ਪੀੜ੍ਹੀ ਸਾਡੀ ਚੱਲੀ ਆ ਹੁਣ ਬਾਹਰ, ਪੰਜਾਬ ਦੇ ਪੱਲੇ ਕੀ ਰਹਿ ਜੂ, ਪੰਜਾਬ ਦਾ ਪਿੰਜਰ ਰਹਿ ਜੂ, ਤਿੰਨ ਜਨਰੇਸ਼ਨ ਪੰਜਾਬ ਤਾਂ ਨੋਚ ਨੋਚ ਕੇ ਖਾ ਲਿਆ। ਇਹ ਸਾਡੇ ਹਾਕਮਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਚਾਹੇ ਉਹ ਅਕਾਲੀ ਦਲ ਵਾਲੇ ਨੇ, ਚਾਹੇ ਕਾਂਗਰਸ ਵਾਲੇ ਨੇ, ਵੀ ਜੇ ਲੋਕ ਹੀ ਨਾ ਰਹੇ ਰਾਜਗੀਰੇ ਤਾਂ ਕਰੋਗੇ, ਰਾਜ ਤਾਂ ਲੋਕਾਂ 'ਤੇ ਹੁੰਦਾ ਨਾ, ਜੇ ਲੋਕ ਹੀ ਨਾ ਰਹੇ ਤਾਂ ਰਾਜ ਕਿਹਦੇ 'ਤੇ ਹੋਊਗਾ? ਪਰ ਸਰਕਾਰ ਤਾਂ ਇਹ ਕਹਿੰਦੀ ਕਿ ਆਈਲੈਟਸ ਵੀ ਅਸੀਂ ਕਰਾ ਦਾਂਗੇ, ਤੁਸੀਂ ਬਾਹਰ ਨਿਕਲਣ ਵਾਲੀ ਜਿਹੜੀ ਉਹ ਗੱਲ ਕਰੋ, ਫਿਰ ਉਹੀ ਸਵਾਲ ਆ ਜਾਂਦਾ ਜੀ ਕਿਹੜੇ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਆ ਕੇ, ਕੀ ਜਿਹੜੇ ਪ੍ਰਵਾਸੀ ਮਜ਼ਦੂਰ ਆ ਰਹੇ ਆ ਉਹਨਾਂ ਦੇ ਉੱਤੇ ਰਾਜ ਹੋਊਗਾ, ਜਾਂ ਪੰਜਾਬ ਦਾ ਜਿਵੇਂ ਪਾਣੀ ਵੀ ਮੁੱਕ ਰਿਹਾ ਉਹ ਰੇਗਿਸਤਾਨ ਬਣਨ ਵੱਲ ਨੂੰ ਵੱਧ ਰਿਹਾ ਜੀ, ਸੋ ਪੰਜਾਬ ਦਾ ਭਵਿੱਖ ਕੋਈ ਨਹੀਂ? ਇਹ ਦੇਖੋ, ਇਹ ਤਾਂ ਜੇ ਅਸੀਂ ਦੇਖਿਆ ਜਾਈਏ ਕੱਲ੍ਹ ਨੂੰ ਕੈਨੇਡਾ ਵਾਲੇ ਕਹਿਣ ਵੀ ਇੱਥੇ ਪੰਜਾਬ ਬਣਦਾ ਜਾ ਰਿਹਾ, ਅਤੇ ਇਹ ਮਾਈਗ੍ਰੇਸ਼ਨ ਤਾਂ ਇਹ ਅੱਜ ਦੀ ਤਾਂ ਹੈ ਨਹੀਂ, ਮਾਈਗ੍ਰੇਸ਼ਨ ਤਾਂ ਇਹ ਸਦੀਆਂ ਤੋਂ ਚੱਲੀ ਆ ਰਹੀ ਹੈ, ਅਤੇ ਸਾਡੇ ਮਾਈਗ੍ਰੇਟ ਹੋ ਕੇ ਕਿਤੇ ਹੋਰ ਚਲੇ ਜਾਣਗੇ, ਫਿਰ ਇੱਥੇ ਕਿਸੇ ਨਾ ਕਿਸੇ ਨੇ ਜਿਹੜਾ ਵੈਕਿਊਮ ਹੈ, ਵੈਕਿਊਮ ਤਾਂ ਫਿਲ ਕਰਨਾ ਹੀ ਹੈ, ਕੋਈ ਹੋਰ ਆਜੂਗਾ। ਦਵਿੰਦਰਪਾਲ ਜੀ, ਜਿਹੜੇ ਮੈਂ ਕਈ ਵਾਰੀ ਮਿਸਾਲ ਦਿੱਤੀ ਕਿ ਸਰਕਾਰੀ ਹੋਸਪਿਟਲ ਦੇ ਵਿੱਚ ਮੈਂ ਜਿਹੜਾ ਬੋਰਡ ਲੱਗਿਆ ਹੋਇਆ ਹਰ ਵਾਰਡ ਦੇ ਬਾਹਰ, ਉਹਦੇ ਵਿੱਚ ਪੰਜਾਬੀ ਨਾਮ ਜਿਹੜੇ ਡਾਕਟਰਾਂ ਦੇ ਉਹ ਤਕਰੀਬਨ ਗਾਇਬ ਹੋ ਗਏ, ਮੇਰੇ ਖਿਆਲ ਹੌਲੀ ਹੌਲੀ ਫੌਜ ਦੇ ਵਿੱਚੋਂ ਵੀ ਗਾਇਬ ਹੋ ਰਹੇ ਆ, ਕਿਉਂਕਿ ਉੱਥੇ ਤੱਕ ਪਹੁੰਚ ਹੀ ਨਹੀਂ ਰਹੇ, ਕੁਆਲੀਫਾਈ ਨਹੀਂ ਕਰ ਰਹੇ, ਚਾਹੇ ਉਹ ਸਰੀਰਕ ਤੌਰ ਦੇ ਉੱਤੇ ਆ, ਚਾਹੇ ਉਹ ਐਜੂਕੇਸ਼ਨ ਦੇ ਤੌਰ ਦੇ ਉੱਤੇ ਆ। ਕੀ ਇਹ ਜਿਹੜੀ ਨਫ਼ਰੀ ਪੰਜਾਬੀਆਂ ਦੀ ਹੌਲੀ ਹੌਲੀ ਜਿਹੜੀ ਜੀ ਉਹ ਘੱਟਦੀ ਜਾ ਰਹੀ ਹੈ, ਇਸ ਖਤਰਨਾਕ ਰੁਝਾਨ ਵੱਲ ਕਿਸੇ ਦਾ ਧਿਆਨ ਹੈ ਸਰਕਾਰ ਦਾ? ਅਸਲ ਸਾਡੀ ਰੂਰਲ ਐਜੂਕੇਸ਼ਨ ਦਾ ਪਿਛਲੇ ਦੌਰ ਦੇ ਵਿੱਚ ਬਹੁਤ ਪੱਠਾ ਬੈਠਿਆ, ਉਹਦੇ ਵਿੱਚ ਅੱਤਵਾਦ ਵੇਲੇ, ਕਿਉਂਕਿ ਨਕਲ ਦਾ ਰੁਝਾਨ ਬਹੁਤ ਜ਼ਿਆਦਾ ਹੋ ਗਿਆ ਸੀ, ਨਕਲ ਦੇ ਰੁਝਾਨ ਕਰਕੇ ਜਿਹੜੀ ਕੁਆਲਿਟੀ ਐਜੂਕੇਸ਼ਨ ਸੀ ਉਹਦਾ ਪੱਠਾ ਬੈਠਿਆ। ਉਸ ਤੋਂ ਬਾਅਦ ਜਿਹੜੀ ਇੰਜੀਨੀਅਰਿੰਗ ਕਾਲਜ ਜਿੰਨੇ ਖੁੱਲ੍ਹੇ ਉਹਨਾਂ 'ਚ ਕੁਆਲਿਟੀ ਐਜੂਕੇਸ਼ਨ ਤਾਂ ਹੈ ਨਹੀਂ ਸੀ, ਸਿਰਫ ਡਿਗਰੀਆਂ ਸੀ, ਉਹਨਾਂ ਡਿਗਰੀਆਂ ਦੇ ਬੇਸ 'ਤੇ ਅਫਸਰ ਅਤੇ ਡਾਕਟਰ ਨਹੀਂ ਬਣ ਸਕਦੇ। ਉਹਦਾ ਬੇਸਿਕ ਕਾਰਨ ਇਹ ਸੀ ਵੀ ਜੇ ਕਿਸੇ ਕੌਮ ਨੂੰ ਮਾਰਨਾ ਤਾਂ ਜਾਂ ਤਾਂ ਨਸ਼ਿਆਂ ਨਾਲ ਮਾਰਿਆ ਜਾ ਸਕਦਾ, ਜਾਂ ਐਜੂਕੇਸ਼ਨ ਢਾਂਚਾ ਤਬਾਹ ਕਰਕੇ ਮਾਰਿਆ ਜਾ ਸਕਦਾ, ਅਤੇ ਸਾਨੂੰ ਦੋਨਾਂ ਢੰਗਾਂ ਨਾਲ ਮਾਰਿਆ, ਪੰਜਾਬ ਨੂੰ ਦੋਨਾਂ ਢੰਗਾਂ ਨਾਲ ਮਾਰਿਆ ਗਿਆ, ਐਜੂਕੇਸ਼ਨ ਢਾਂਚਾ ਵੀ ਸਾਡਾ ਤਬਾਹ ਕਰਤਾ, ਅਤੇ ਬਾਕੀ ਜਿਹੜੇ ਰਹਿੰਦੇ ਹੁੰਦੇ ਉਹ ਨਸ਼ਿਆਂ ਨੇ ਖਾ, ਉਹ ਵੀ ਨਸ਼ਿਆਂ ਨੇ ਖਾ ਲੈਂਦੀਆਂ। ਦਵਿੰਦਰਪਾਲ ਜੀ ਸਾਡੇ ਨਾਲ ਫਾਇਰ ਲਾਈਨ ਦੇ ਵਿੱਚ ਮੌਜੂਦ ਨੇ, ਇੱਕ ਲਾਸਟ ਸੈਗਮੈਂਟ ਉਹਨਾਂ ਦੇ ਨਾਲ ਅਸੀਂ ਹੋਰ ਕਰਾਂਗੇ। ਤਿੰਨ ਜਨਰੇਸ਼ਨ ਦੇ ਗੈਪ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਆ, ਇਹੀ ਅਸਲ ਦੇ ਵਿੱਚ ਸਭ ਤੋਂ ਗੰਭੀਰ ਇਸ ਵੇਲੇ ਇਸ਼ੂ ਹੈ ਕਿ ਇਹ ਗੈਪ ਜਿਹੜਾ ਕਿ ਉਹ ਪੂਰਾ ਹੋਊਗਾ, ਜਾਂ ਸਾਡੇ ਹਾਲਾਤ ਜਿਹੜੇ ਜੀ ਇਹ ਬਣ ਜਾਣਗੇ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਤਾਂ ਫੈਲ ਗਏ ਪਰ ਸਾਡੀਆਂ ਜੜ੍ਹਾਂ ਜਿਹੜੀਆਂ ਸੀਗੀਆਂ ਪੰਜਾਬ ਵਾਲੀਆਂ ਉਹ ਖਤਮ ਹੋਣ ਵੱਲ ਨੂੰ ਤੇਜ਼ੀ ਦੇ ਨਾਲ ਵੱਧ ਰਹੀਆਂ ਨੇ? ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਪਰਤ ਰਹੇ ਹਾਂ।
स्वागत है जी ब्रेक तो बाद और लास्ट सैगमेंट वालों असं बढ़ रहे हैं। दविंदर पाल जी मेरे नाल मेहमान मौजूद ने फायर लाइन दे विच और तकरीबन जिहड़े अज दे मौजूदा समय दे विच हॉट जिहड़े टॉपिक ने जिथे बहुत फिक्रमंदी जिहड़ी उह होनी चाहीदी है, इहदे उत्ते कोई डिबेट जिहड़ी उह नहीं हो रही, कोई चर्चा नहीं छिड़ रही और गल्लां जिहड़ियां हो रहियां ने उह पता ही है कि ध्यान जिहड़े आ डाइवर्ट करन दा जिहड़ा चल रहा जी। इहतों पहलां कि एक मैं तुहाडा छोटा जिहा जिहड़ा जी क्योंकि टाइम उन्ना क रहि गया सुझाव जिहड़ा सेंटर दे उत्ते जिहड़ा उह लवां, एक करतारपुर दा लांघा जिहड़ा जी खुल्लिया पूरी दुनिया दे विच विश्व दे विच बैठा भाईचारा ਬਾਹਰਲੇ ਮੁਲਕਾਂ ਦੇ ਵਿੱਚ ਉੱਥੇ ਜਿਹੜੇ ਸਾਡੇ ਕੌਂਸਲੇਟ ਜਨਰਲ ਨੇ ਪਾਕਿਸਤਾਨ ਦੇ ਕੌਂਸਲੇਟ ਜਨਰਲ ਨੇ ਉਹਨਾਂ ਨੂੰ ਸੱਦ ਸੱਦ ਕੇ ਸਨਮਾਨਿਤ ਕਰ ਰਹੇ ਦੋਨਾਂ ਨੂੰ ਕਿ ਦੋਨਾਂ ਮੁਲਕਾਂ ਨੇ ਇੱਕ ਇਸ ਤਰ੍ਹਾਂ ਦੀ ਗੱਲ ਜਿਹੜੀ ਕੀਤੀ। ਹਾਂ, ਠੰਡੀ ਹਵਾ ਜਿਹੜੀ ਜੀ ਉੱਧਰੋਂ ਆਉਣੀ ਸ਼ੁਰੂ ਹੋਈ। ਪੰਜਾਬ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਜੀ ਉਹ ਉਲਟਾ ਹੈ, ਇੱਥੇ ਕੈਪਟਨ ਸਾਹਿਬ ਦੇ ਜਿਹੜੇ ਬਿਆਨ ਹੈ ਉਹ ਬਿਲਕੁਲ ਹੀ ਡਿਫਰੈਂਟ ਜਿਹੜਾ ਜੀ ਉਹ ਆ ਰਹੇ ਨੇ, ਉਹ ਲਗਾਤਾਰ ਨਿਸ਼ਾਨਾ ਜਿਹੜਾ ਜੀ ਉਹ ISI ਦੇ ਉੱਤੇ ਜਾਂ ਪਾਕਿਸਤਾਨ ਦੇ ਉੱਤੇ ਲਗਾ ਰਹੇ ਨੇ। ਇਹ ਇਹ ਜਿਹੜਾ ਕੋਈ ਪੋਲੀਟਿਕਸ ਦਾ ਪਾਰਟ ਹੈ ਜਾਂ ਉਹਨਾਂ ਦਾ ਵਾਕਿਆ ਹੀ ਉਹ ਗੰਭੀਰ ਨੇ ਜਿਹੜੀ ਗੱਲ ਉਹ ਕਹਿ ਰਹੇ? ਜੇ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ 10-15 ਦਿਨਾਂ ਦੇ ਬਿਆਨਾਂ ਦਾ ਐਨਾਲਿਸਿਸ ਕਰੀਏ ਨਾ, ਉਹਦੇ 'ਚ ਦੋਨੇ ਗੱਲਾਂ ਝਲਕਦੀਆਂ ਨੇ। ਦੇਖੋ, ਬਿਨਾਂ ਸ਼ੱਕ ਪਾਕਿਸਤਾਨ ਦੀ ਜਿਹੜੀ ਖੁਫੀਆ ਏਜੰਸੀ ਹੈ ISI ਕਸ਼ਮੀਰ ਅਤੇ ਪੰਜਾਬ ਦੇ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਪ੍ਰਫੁੱਲਿਤ ਕਰਨ ਲਈ ਐਕਟਿਵ ਰਹਿੰਦੀ ਹੈ। ਇਹ ਕੋਈ ਲੁਕਿਆ ਛਿਪਿਆ ਤੱਥ ਨਹੀਂ ਹੈਗਾ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਪੰਜਾਬ ਦੇ ਵਿੱਚ ਜੋ 20 ਦਹਾਕੇ ਸੰਤਾਪ ਹੋ ਗਿਆ ਉਹਦੇ 'ਚ ISI ਦੇ ਐਲੀਗੇਸ਼ਨ ਲੱਗਦੇ ਸੀ, ਕਸ਼ਮੀਰ 'ਚ ਵੀ ਜੋ ਹੋ ਰਿਹਾ ISI ਕਰਾਉਂਦੀ ਹੈ, ਇਹ ਗੌਰਮੈਂਟ ਆਫ ਇੰਡੀਆ ਵੀ ਕਹਿੰਦੀ ਹੈ, ਸਟੇਟ ਗੌਰਮੈਂਟ ਵੀ ਕਹਿੰਦੀ ਹੈ। ਜਿੱਥੋਂ ਤੱਕ ਕਰਤਾਰਪੁਰ ਲਾਂਘੇ ਦਾ ਸਵਾਲ ਹੈ, ਜੇ ਕੈਪਟਨ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਹੈ, ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਵੀ ਜਦੋਂ 2002-2007 ਵਾਲੀ ਗੌਰਮੈਂਟ ਦੇ ਦਰਮਿਆਨ ਉਹ ਪਾਕਿਸਤਾਨ ਜਾਂਦੇ ਸੀ, ਪਾਕਿਸਤਾਨ ਪੰਜਾਬ ਦੇ ਚੀਫ ਮਿਨਿਸਟਰ ਪਰਵੇਜ਼ ਇਲਾਹੀ ਪਾਕਿਸਤਾਨ ਇੱਥੇ ਪਟਿਆਲਾ ਆ ਕੇ ਠਹਿਰਦੇ ਸੀ, ਅੱਤਵਾਦੀ ਗਤੀਵਿਧੀਆਂ ਤਾਂ ਉਦੋਂ ਵੀ ਹੁੰਦੀਆਂ ਸੀ। ਮੈਨੂੰ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀਗੇ, ਜਲੰਧਰ ਪੰਜਾਬ ਰੋਡਵੇਜ਼ ਦੀ ਬੱਸ 'ਚ ਬੰਬ ਧਮਾਕਾ ਹੋਇਆ ਸੀ, ਉਦੋਂ ਵੀ ਉਹ ISI ਦੇ ਸਪੋਂਸਰਡ ਅੱਤਵਾਦੀਆਂ ਨੇ ਕੀਤਾ ਸੀ। ਫਿਰ ਉਦੋਂ ਕਿਉਂ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਸਟੈਂਡ ਲਿਆ ਵੀ ਮੈਂ ਪਰਵੇਜ਼ ਇਲਾਹੀ ਨਾਲ ਗੱਲ ਨਹੀਂ ਕਰਨੀ, ਅੱਤਵਾਦੀ ਗਤੀਵਿਧੀਆਂ ਹੋ ਰਹੀਆਂ ਨੇ? ਉਦੋਂ ਮੈਂ ਜਲੰਧਰ ਪੋਸਟਰ ਸੀ, ਮੈਨੂੰ ਯਾਦ ਹੈ ਨਵਾਂ ਸ਼ਹਿਰ ਦੇ ਵਿੱਚ ਉਹ ਕਾਫੀ ਕੁਛ ਹਥਿਆਰ ਫੜੇ ਗਏ ਸੀ, ਜਲੰਧਰ ਦੇ ਵਿੱਚ ਕਾਫੀ ਟੈਰਰਿਸਟ ਫੜੇ ਗਏ ਸੀ, ਗਤੀਵਿਧੀਆਂ ਉਦੋਂ ਹੁੰਦੀਆਂ ਸੀ। ਉਦੋਂ ਕੈਪਟਨ ਅਮਰਿੰਦਰ ਸਿੰਘ ਦਾ ਸਟੈਂਡ ਕੁਛ ਹੋਰ ਸੀ। ਉਦੋਂ ਕੈਪਟਨ ਅਮਰਿੰਦਰ ਸਿੰਘ ਜਦੋਂ ਕੈਨੇਡਾ ਜਾਂਦੇ ਨੇ, ਪਿੱਛੇ ਖਾਲਿਸਤਾਨ ਲਿਖਿਆ ਹੈ ਗੁਰਦੁਆਰੇ ਗੁਰਦੁਆਰਾ ਸਾਹਿਬ ਜਾਂਦੇ ਨੇ, ਉਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ, ਕੋਈ ਪਰਹੇਜ਼ ਨਹੀਂ ਸੀ, ਉਹ ਫੋਟੋਆਂ ਛਾਪਦੀਆਂ ਨੇ ਉਹ ਕਹਿੰਦੇ ਕੋਈ ਗੱਲ ਨਹੀਂ। ਇਹ ਅਸਲ 'ਚ ਕੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਦਾ ਹਿਰਦੇ ਪਰਿਵਰਤਨ ਸਾਰਾ ਹੁਣ ਹੋਇਆ, ਹੁਣ ਹੀ ਐਲੀਗੇਸ਼ਨ ਲੱਗਣ ਲੱਗੇ ਹੈ ਵੀ ਬਾਦਲਾਂ ਨਾਲ ਰਲਿਆ ਹੋਇਆ। ਲੋਕ ਅੰਦਰ ਖਾਤੇ ਸਾਰੇ ਕਹਿੰਦੇ ਨੇ ਵੀ ਜੀ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਇੱਕ ਨੇ, ਇਹ ਸਾਰਾ ਪਰਿਵਰਤਨ ਜਿਹੜਾ ਉਹ ਇਸ ਵਾਰ ਦੇਖਣ ਨੂੰ ਮਿਲ ਰਿਹਾ। ਜੇ ਨਵਜੋਤ ਸਿੱਧੂ ਉਹਨਾਂ ਦੇ ਕੈਪਟਨ ਕੈਬਨਿਟ ਕੁਲੀਗ ਨੇ ਬਾਹਰ ਜਾਇਆ, ਜੱਫੀ 'ਤੇ ਵੀ ਸਭ ਤੋਂ ਪਹਿਲਾਂ ਬਿਆਨ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦਾ ਆਇਆ ਸੀ, ਉਸ ਤੋਂ ਬਾਅਦ ਵੀ ਅਮਰਿੰਦਰ ਸਿੰਘ ਦਾ ਆਇਆ ਬਿਆਨ। ਹਾਂ, ਦੇਖੋ, ਇੰਟਰਨਲ ਅਤੇ ਐਕਸਟਰਨਲ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈ, ਉੱਥੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਦਵਿੰਦਰ ਪਾਲ ਜੀ, ਪ੍ਰੋਟੋਕਾਲ ਜਿਹੜਾ ਜੀ ਉਹ ਤਾਂ ਇਹ ਕਹਿੰਦਾ ਨਾ ਗ੍ਰਹਿ ਵਿਭਾਗ ਜਿਹੜਾ ਸੈਂਟਰਲ ਜਾਂ ਠੀਕ ਹੈ ਉਹ ਕਰੇ, ਮੈਂ ਕਹਿੰਦਾ ਜੀ ਉਹ ਗੌਰਮੈਂਟ ਆਫ ਇੰਡੀਆ ਨੂੰ ਕਹੇ ਵੀ ਇੰਟਰਨਲ ਅਤੇ ਐਕਸਟਰਨਲ ਸਿਕਿਉਰਿਟੀ ਦੇ ਇਸ਼ੂ ਤੋਂ ਤੁਹਾਨੂੰ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਉਹ ਗੱਲ ਪਾਕਿਸਤਾਨੀ ਫੌਜ ਨੂੰ ਜਾਂ ਪਾਕਿਸਤਾਨ ਸਰਕਾਰ ਨੂੰ ਧਮਕੀਆਂ ਦੇਣਾ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੋਭਾ ਨਹੀਂ ਦਿੰਦਾ। ਉਹ ਗੌਰਮੈਂਟ ਆਫ ਇੰਡੀਆ ਨਾਲ ਇਹ ਇਸ਼ੂ ਟੇਕ ਅਪ ਕਰਨ, ਉਹਨਾਂ ਨਾਲ ਗੱਲ ਕਰਨ, ਰਾਜਨਾਥ ਸਿੰਘ ਨਾਲ ਗੱਲ ਕਰਨ, ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨ ਵੀ ਤੁਸੀਂ ਲਾਂਘਾ ਖੋਲੋ ਜੀ ਸਦਕੇ, ਅਸੀਂ ਵੈਲਕਮ ਕਰਦੇ ਹਾਂ ਐਜ ਸਿੱਖ ਐਜ ਚੀਫ ਮਿਨਿਸਟਰ ਆਫ ਪੰਜਾਬ, ਬਟ ਸਾਡੀ ਇੰਟਰਨਲ ਅਤੇ ਐਕਸਟਰਨਲ ਸਿਕਿਉਰਿਟੀ ਨਾਲ ਕੰਪਰੋਮਾਈਜ਼ ਕਿਸੇ ਕੀਮਤ 'ਤੇ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਹੀ ਸਰਕਾਰ ਚਲਾ ਰਹੇ ਹਾਂ ਅਤੇ ਇਸ ਸੁਰੱਖਿਆ ਦੇ ਨਾਂ 'ਤੇ ਮੈਂ ਵੀ ਉਹਨਾਂ ਨਾਲ ਸਹਿਮਤ ਹਾਂ, ਪਰ ਉਹਨਾਂ ਨੇ ਰੂਟ ਗਲਤ ਲੱਗਦਾ ਫੜਿਆ ਹੋਇਆ। ਮੁੰਬਈ ਦੇ ਵਿੱਚ ਧਮਾਕਾ ਹੁੰਦਾ, ਉਹ ਤਾਂ ਕਰਾਚੀ ਵਾਲਾ ਜਿਹੜਾ ਵਪਾਰ ਉਹ ਤਾਂ ਕਦੀ ਵੀ ਨਹੀਂ ਰੁਕਿਆ, ਬਿਲਕੁਲ ਚੱਲਦਾ। ਇੱਥੇ ਮਾੜੀ ਜਿਹੀ ਗੱਲ ਹੁੰਦੀ ਆ ਉਹ ਵਾਗੇ ਦੇ ਉੱਤੇ ਝੱਟ ਦੇਣੀ ਜਿਹੜਾ ਜੀ ਉਹ ਬੰਦ ਹੋ ਜਾਂਦਾ, ਫਿਰ ਇਹ ਪੰਜਾਬ ਵੀ ਉਹ ਤਾਂ ਪਹਿਲਾਂ ਹੀ ਨਿਸ਼ਾਨੇ 'ਤੇ ਆ, ਹੁਣ ਮੁੱਖ ਮੰਤਰੀ ਸਾਹਿਬ ਦੇ ਵੀ ਨਿਸ਼ਾਨੇ 'ਤੇ ਆ। ਨਹੀਂ, ਹੁਣ ਸਾਡਾ ਪ੍ਰੋਬਲਮ ਇਹ ਹੈ ਵੀ ਸਾਡੇ ਕਿਸਾਨਾਂ ਦਾ ਆਲੂ ਕਿਉਂ ਰੁਲ ਰਿਹਾ? ਪਾਕਿਸਤਾਨ ਗੌਰਮੈਂਟ ਨੇ ਲੈਣਾ ਬੰਦ ਕਰਤਾ। ਕੈਪਟਨ ਅਮਰਿੰਦਰ ਸਿੰਘ ਜਿਹੜੇ ਪੰਜਾਬ ਦੇ ਐਗਰੀਕਲਚਰ ਮਿਨਿਸਟਰ ਵੀ ਨੇ, ਉਹ ਪੰਜਾਬ ਦੇ ਕਿਸਾਨਾਂ ਦਾ ਵੀ ਸੋਚਣ ਨਾ, ਜਿਹੜੇ ਪੰਜਾਬ ਦੇ ਕਿਸਾਨਾਂ ਦੀ ਪ੍ਰੋਡਿਊਸ ਹੈ ਕਿਸ ਤਰ੍ਹਾਂ ਮਿਡਲ ਈਸਟ ਨੂੰ ਪਾਕਿਸਤਾਨ ਨੂੰ ਉੱਧਰ ਨੂੰ ਭੇਜੀ ਜਾ ਸਕਦੀ ਹੈ, ਉਹਦੇ ਬਾਰੇ ਵੀ ਸੋਚ ਲੈਣ, ਬਿਆਨ ਦੇਣ, ਬਿਆਨ ਦੇ ਨਾਲ ਨਾਲ ਉਹ ਪੰਜਾਬ ਦਾ ਭਲਾ ਵੀ ਤਾਂ ਸੋਚ ਲੈਣ। ਸਿਕਿਉਰਿਟੀ ਵਾਲੀ ਗੱਲ ਬਿਲਕੁਲ ਠੀਕ ਹੈ, ਸਿਕਿਉਰਿਟੀ ਦੇ ਇਸ਼ੂ 'ਤੇ ਸਟੈਂਡ ਲੈਣ, ਡਟ ਕੇ ਸਟੈਂਡ ਲੈਣ,
ਪਰ ਐਗਰੇਰੀਅਨ ਸੈਕਟਰ ਨੂੰ ਕਿਵੇਂ ਅੱਗੇ ਵਧਾਉਣਾ ਉਹਦੇ ਬਾਰੇ ਵੀ ਮਾੜਾ ਮੋਟਾ ਵਿਚਾਰ ਕਰ ਲੈਣਾ, ਆਪਣੇ ਅਫਸਰਾਂ ਨੂੰ ਪੁੱਛ ਲੈਣਾ, ਕੁਛ ਕਰ ਲੈਣਾ, ਜਿਹੜੀ ਕਿ ਬੈਕਬੋਨ ਹੈ ਪੰਜਾਬ ਦੀ। ਯੈਸ, ਹਾਂਜੀ, ਸਾਰਾ ਕੁਛ ਹੀ ਉਹਦੇ ਨਾਲ ਜੁੜਿਆ ਹੋਇਆ। ਹਾਂਜੀ, ਦਵਿੰਦਰਪਾਲ ਜੀ, ਜਿਹੜੇ ਇਸ ਵੇਲੇ ਸੈਂਟਰ ਦੇ ਵਿੱਚ ਜੋ ਹਾਲਾਤ ਪੰਜ ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਬਣੇ ਆ, ਅਤੇ ਉਹ ਕਿਉਂਕਿ ਇੱਕ ਟਾਈਮ ਇਹ ਸੀਗਾ ਕਿ ਮਨਮੋਹਨ ਸਿੰਘ ਕਿਹਾ ਜਾਂਦਾ ਸੀਗਾ, ਫਿਰ ਪ੍ਰਧਾਨ ਮੰਤਰੀ ਆਏ, ਉਹ ਬਹੁਤ ਬੋਲਣ ਲੱਗ ਗਏ, ਹੁਣ ਲੋਕਾਂ ਨੇ ਇਹ ਐਕਸੈਪਟ ਕਰ ਲਿਆ ਕਿ ਰਾਹੁਲ ਗਾਂਧੀ ਘੱਟ ਬੋਲਣ ਵਾਲੇ ਨੇ, ਅਤੇ ਉਹ ਠੀਕ ਨੇ ਜਾਂ ਤੁਸੀਂ ਇਹ ਦੇਖ ਰਹੇ ਹੋ ਕਿ ਟੈਂਪਰੇਰੀ ਚੇਂਜ ਆ, 19 'ਚ ਨਹੀਂ ਕੁਛ ਬਹੁਤਾ ਬਦਲੂਗਾ? ਨਹੀਂ, ਉਹਦੇ 'ਚ ਜੇ ਆਪਾਂ ਸਿੱਧੀ ਗੱਲ ਦੇਖੀਏ ਤਾਂ ਨਰਿੰਦਰ ਮੋਦੀ ਜਦੋਂ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਨੇ ਹਿੰਦੁਸਤਾਨੀਆਂ ਦੀਆਂ ਉਮੀਦਾਂ ਬਹੁਤ ਜਗਾਤੀਆਂ ਸੀ, ਅੱਛੇ ਦਿਨ ਆਉਣ ਵਾਲੇ ਹੈ, 15 ਲੱਖ ਰੁਪਇਆ ਜਾਊਗਾ ਹਰੇਕ ਦੇ ਖਾਤੇ 'ਚ। ਉਹਨਾਂ ਉਮੀਦਾਂ 'ਤੇ ਉਹ ਖਰੇ ਨਹੀਂ ਉਤਰੇ, ਬਲਕਿ ਜੇ ਦੇਖਿਆ ਜਾਵੇ ਤਾਂ ਨਾ ਉਮੀਦੀ ਲੋਕਾਂ ਨੂੰ ਜ਼ਿਆਦਾ ਹੋਈ ਹੈ। ਡਿਮੋਨੀਟਾਈਜੇਸ਼ਨ, ਨੋਟਬੰਦੀ ਜੋ ਬੁਰੀ ਤਰ੍ਹਾਂ ਫਲੋਪ ਹੋਏ ਨੇ, ਮੰਨਣ ਨਾ ਮੰਨਣ, GST ਹਜੇ ਫਿਲਹਾਲ ਜਿਹੜਾ ਪੂਰਾ ਇੰਪੈਕਟ ਨਹੀਂ ਦਿਖਾਈ ਦਿੱਤਾ ਹਰ ਚੀਜ਼ ਨੂੰ। ਜਿਹੜੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੇ ਸਾਡੇ ਕੰਸਟੀਟਿਊਸ਼ਨਲ ਇੰਸਟੀਚਿਊਟ ਨੇ ਉਹ ਢਹਿ ਢੇਰੀ ਹੋ ਰਹੇ ਨੇ, RBI ਨਾਲ ਕਨਫਰੰਟਰੇਸ਼ਨ, ਸੁਪਰੀਮ ਕੋਰਟ ਨਾਲ ਕਨਫਰੰਟਰੇਸ਼ਨ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਕ੍ਰੈਡੀਬਿਲਟੀ 'ਤੇ ਕੁਐਸਚਨ, ਜਿਹੜੀ ਅਪੋਜੀਸ਼ਨ ਸਾਰੀ ਲਾ ਰਹੀ ਹੈ, ਅਤੇ ਇਹ ਇਸ ਲਈ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਗੱਲਾਂ ਕਰਕੇ ਹੀ BJP ਅਤੇ ਪ੍ਰਾਈਮ ਮਿਨਿਸਟਰ ਨੂੰ ਜਿਹੜੇ ਹੈ ਪ੍ਰੋਬਲਮ ਫੇਸ ਕਰਨੀ ਪਈ ਹੈ, ਪੋਲੀਟੀਕਲ ਪ੍ਰੋਬਲਮ ਇਹਨਾਂ ਨੂੰ ਫੇਸ ਕਰਨੀ ਪਊ। ਇਹਦੇ ਨਾਲ ਜਿੰਨਾ ਤੁਸੀਂ ਗੱਲ ਕੀਤੀ CBI ਦੀ, ਚਾਹੇ ਇਲੈਕਸ਼ਨ ਕਮਿਸ਼ਨ ਦੀ ਜਾਂ ਦੂਜੇ ਤੀਜੇ ਜੋ ਵੀ, ਇਹਦੇ ਨਾਲ ਆਮ ਬੰਦਾ ਜਿਹੜੀ ਫਿਰ ਉੱਥੇ ਆ ਜਾਂਦੀ ਹੈ ਜੀ ਕਿ ਵੋਟਰ ਜਿਹੜਾ ਆ, ਕਰਨਾ ਤਾਂ ਉਹਨੇ ਆ ਸਾਰਾ ਕੁਛ, ਉਹ ਅਨਪੜ੍ਹਤਾ ਬਹੁਤ ਵੱਡੀ ਹੈ ਜੀ, ਇਹ ਜਿਹੜੀਆਂ ਚੀਜ਼ਾਂ ਨੇ ਕਿ ਉਹ ਆਮ ਵੋਟਰ ਦੇ ਉੱਤੇ ਪ੍ਰਭਾਵ ਪਾ ਰਹੀਆਂ ਨੇ, ਜਿਹੜਾ ਐਜੂਕੇਟ ਨਹੀਂ ਹੈਗਾ ਜੀ, ਉਹੀ ਵੋਟ ਬੈਂਕ ਆ ਵੱਡਾ। ਪਰਸੈਪਸ਼ਨ ਹੁੰਦੀ ਹੈ ਜੀ ਹਰ ਗੌਰਮੈਂਟ ਦੀ। ਮਨਮੋਹਨ ਸਿੰਘ ਦਾ ਕੀ ਸੀ, ਜਿਹੜੀਆਂ ਗੱਲਾਂ ਸੀ ਉਹ ਪਰਸੈਪਸ਼ਨ ਕ੍ਰੀਏਟ ਕੀਤੀ ਗਈ ਮੋਦੀ, ਨਰਿੰਦਰ ਮੋਦੀ ਵੱਲੋਂ, ਜਿਹੜੀ ਡਿਊਰਿੰਗ ਕੈਂਪੇਨ, ਅੱਛੇ ਦਿਨ ਆਉਣ ਵਾਲੇ ਆ, ਅੱਛੇ ਦਿਨ 'ਚ ਕੀ ਲਿਆਉਣਾ ਸੀ, ਅੱਛੇ ਦਿਨ 'ਚ ਇੱਕ ਉਹਨਾਂ ਇੱਕ ਹੋਪ ਜਗਾਈ ਲੋਕਾਂ ਨੂੰ, ਉਮੀਦ ਜਗਾਈ। ਸਿਮਿਲਰਲੀ ਹੁਣ ਜਦੋਂ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ, ਲੋਕਾਂ 'ਚ ਜਾਣਾ, ਲੋਕ ਕਚਹਿਰੀ 'ਚ ਤਾਂ ਜਾ ਕੇ ਕੁਛ ਨਵੀਂ ਗੱਲ ਕਰਨੀ ਪਊ, ਹੁਣ ਲੋਕ ਕਚਹਿਰੀ ਜਦੋਂ ਜਾਂਦੇ ਕੋਈ ਗੱਲ ਨਹੀਂ ਹੁੰਦੀ ਤਾਂ ਮੰਦਰ ਮੁੱਦਾ ਸਾਹਮਣੇ ਆ ਜਾਂਦਾ, ਗਊ ਮਾਤਾ ਦਾ ਆ ਜਾਂਦਾ, ਉਹਨਾਂ ਗੱਲਾਂ ਦਾ ਕੀ ਬਣੂ ਜਿਹੜੇ ਵਾਅਦੇ ਕਰਕੇ ਤੁਸੀਂ 2014 ਦੇ ਵਿੱਚ ਸਰਕਾਰ ਬਣਾਈ ਸੀ, ਉਹਨਾਂ ਦਾ ਜਵਾਬ ਤਾਂ ਦੇਣਾ ਪਊ ਲੋਕਾਂ ਦੀ ਕਚਹਿਰੀ 'ਚ। ਜਾਂਦੇ ਜਾਂਦੇ ਇੱਕ ਜਿਹੜਾ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਦੇ ਵਿੱਚ ਬਹੁਤ ਜਿਹੜਾ ਜੀ ਚਰਚਾਵਾਂ ਇਸ ਵੇਲੇ ਚੱਲਦੀਆਂ ਨੇ, ਇਹ ਕੋਈ ਸ਼ੱਕ ਨਹੀਂ ਕਿ ਉਹ ਕ੍ਰੈਡਿਟ ਉਹਨਾਂ ਦਾ ਬਣਦਾ ਸੀਗਾ ਜਿਹੜਾ ਉਹਨਾਂ ਨੂੰ ਕ੍ਰੈਡਿਟ ਮਿਲਿਆ, ਉਹਦੇ ਨਾਲ 5 ਰਾਜਾਂ ਦੇ ਵਿੱਚ ਚੋਣਾਂ ਦੇ ਵਿੱਚ ਵੀ ਉਹਨਾਂ ਦਾ ਕੱਦ ਜਿਹੜਾ ਜੀ ਉਹ ਕਾਫੀ ਉੱਚਾ ਹੋਇਆ ਹਾਈਕਮਾਂਡ ਦੇ ਵਿੱਚ। ਤੁਸੀਂ ਦੇਖਦੇ ਹੋ ਕਿ ਕਿਸੇ ਵੱਡੀ ਜ਼ਿੰਮੇਵਾਰੀ ਵੱਲ ਨੂੰ ਵੱਧ ਰਹੇ ਨੇ, ਸੈਂਟਰ ਦੇ ਵਿੱਚ ਜਾਣਗੇ, ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਜ਼ਿੰਮੇਵਾਰੀ ਵਧੂਗੀ, ਇਹ ਚਰਚਾਵਾਂ ਬੜੀਆਂ ਚੱਲ ਰਹੀਆਂ ਨੇ, ਕੋਈ ਤੁਸੀਂ ਇਹਦੇ 'ਤੇ ਟਿੱਪਣੀ ਕਰਨੀ ਚਾਹੋ? ਮੈਂ ਜਿੰਨਾ ਕੁ ਪੰਜਾਬ ਦੀ ਪੋਲੀਟਿਕਸ 'ਚ ਨਵਜੋਤ ਸਿੱਧੂ ਦਾ ਰੋਲ ਦੇਖਿਆ ਅਤੇ ਜਿੰਨਾ ਹੁਣ ਸਟੇਟ 5 ਸਟੇਟਾਂ ਦੇ ਵਿੱਚ ਦੇਖਿਆ ਹੈਗਾ, ਉਹਦੇ ਤੋਂ ਲੱਗਦਾ ਵੀ ਨਵਜੋਤ ਸਿੱਧੂ ਕਾਂਗਰਸ ਦੀ ਲੋੜ ਬਣਦਾ ਜਾ ਰਿਹਾ। ਦੇਖੋ, ਲੋੜ ਕਾਰਡ ਦੀ ਮਾਂ ਜੀ ਕਹਾਵਤ ਹੈ, ਤਾਂ ਜੇ ਕਾਂਗਰਸ ਨੂੰ ਲੋੜ ਹੈ ਤਾਂ ਸਹਿਜੇ ਹੀ ਲੱਗਦਾ ਵੀ ਜ਼ਿੰਮੇਵਾਰੀ ਤਾਂ ਉਹਨੂੰ ਦੇਣਗੇ, ਅਤੇ ਨਵਜੋਤ ਸਿੱਧੂ ਵੀ ਕੋਈ ਅਨਪੜ੍ਹ ਬੰਦਾ ਤਾਂ ਨਹੀਂ, ਉਹ ਵੀ ਸਾਰਾ ਕੁਛ ਸਮਝਦਾ ਹੈ ਅਤੇ ਕਾਂਗਰਸ ਵੀ ਸਮਝਦੀ ਹੈ, ਅਤੇ ਕਾਂਗਰਸ ਨੇ ਜੇ ਨਵਜੋਤ ਸਿੱਧੂ ਤੋਂ ਕੰਮ ਲੈਣਾ ਹੈ ਤਾਂ ਮੈਨੂੰ ਲੱਗਦਾ ਵੀ ਸਹਿਜੇ ਨਿਸ਼ਚੇ ਹੀ ਉਹਨੂੰ ਕੋਈ ਨਾ ਕੋਈ ਜ਼ਿੰਮੇਵਾਰੀ ਦੇ ਕੇ ਉਹਨੂੰ ਪ੍ਰਮੋਟ ਕਰਕੇ ਤਾਂ ਜੋ ਲੋਕਾਂ 'ਚ ਇੰਪ੍ਰੈਸ਼ਨ ਜੇ ਜਾਵੇ ਵੀ ਕੰਮ ਕਰਨ ਵਾਲੇ ਬੰਦੇ ਦੀ ਕਦਰ ਹੈ ਅਤੇ ਕੰਮ ਵਾਲੇ ਦਾ ਅਸੀਂ ਮੁੱਲ ਪਾਉਂਦੇ ਹਾਂ, ਤਾਂ ਹੋ ਸਕਦਾ ਉਹਨੂੰ ਕੋਈ ਨਾ ਕੋਈ ਵੱਡੀ ਜ਼ਿੰਮੇਵਾਰੀ ਮਿਲ ਜਾਵੇ। ਇਹ ਜ਼ਿੰਮੇਵਾਰੀ ਤੁਸੀਂ ਪੰਜਾਬ ਪੱਧਰ 'ਤੇ ਦੇਖਦੇ ਹੋ ਜਾਂ ਮੁਲਕ ਪੱਧਰ ਦੇ ਉੱਤੇ? ਦੇਖੋ, ਸੰਗਠਨਾਤਮਕ ਢਾਂਚੇ 'ਚ ਵੀ ਹੋ ਸਕਦੀ ਹੈ, ਕੋਈ ਨੈਸ਼ਨਲ ਲੈਵਲ 'ਤੇ ਨਵਜੋਤ ਸਿੱਧੂ ਨੂੰ ਅਹੁਦਾ ਵੀ ਮਿਲ ਸਕਦਾ, ਵੱਡਾ ਮਿਲ ਸਕਦਾ, ਤਾਂ ਜਾਂ ਪੰਜਾਬ ਦੇ ਵਿੱਚ ਕੋਈ, ਆਪਾਂ ਇਹ ਤਾਂ ਨਹੀਂ ਹਜੇ ਪ੍ਰਡਿਕਟ ਕਰ ਸਕਦੇ ਵੀ ਕੋਈ ਕਾਂਗਰਸ ਪਾਰਟੀ ਚੀਫ ਮਿਨਿਸਟਰ ਚੇਂਜ ਕਰ ਦੂ, ਮੈਨੂੰ ਇਹੋ ਜਿਹੇ ਹਾਲਾਤ ਅਜੇ ਲੱਗਦੇ ਨਹੀਂ ਅੱਜ ਦੀ ਡੇਟ 'ਚ ਕੋਈ ਇਹੋ ਜਿਹੇ। ਇਹ ਕਿਹਾ ਜਾਂਦਾ ਜੀ ਕਿ ਸਿੱਧੂ ਸਾਹਿਬ ਇਮਾਨਦਾਰ ਨੇ, ਉਹਨਾਂ ਦੇ ਮਿਸਿਜ ਵੀ ਜਿਹੜੇ ਚੀਫ ਪਾਰਲੀਮਾਨੀ ਸੈਕਟਰੀ ਰਹੇ, ਕਰਪਸ਼ਨ ਦਾ ਤਾਂ ਕੋਈ ਦੋਸ਼ ਕਦੀ ਵੀ ਉਹਨਾਂ ਦੇ ਉੱਤੇ ਨਹੀਂ ਲੱਗਿਆ। ਇਹ ਕਿਹਾ ਜਾਂਦਾ ਕਿ ਉਹ ਲੋੜੋਂ ਵੱਧ ਬੋਲ ਜਾਂਦੇ ਆ ਕਈ ਵਾਰੀ, ਸੋ ਇਹ ਇਹ ਗੱਲ ਤਾਂ ਖੈਰ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਵਿਰੋਧੀ ਮੰਨਿਆ ਜਾਂਦਾ, ਕੈਪਟਨ ਅਮਰਿੰਦਰ ਸਿੰਘ ਓਪਨਲੀ ਇਹ ਗੱਲ ਸਵੀਕਾਰ ਕਰ ਚੁੱਕੇ ਨੇ ਵੀ ਨਵਜੋਤ ਸਿੱਧੂ ਬਾਰੇ ਨਾ ਤਾਂ ਕੋਈ ਕਰਪਸ਼ਨ ਦੀ ਸ਼ਿਕਾਇਤ ਹੈ, ਨਾ ਕੋਈ ਇੱਦਾਂ ਦਾ ਅੜੰਬ ਹੈ। ਬੋਲਣ ਬਾਰੇ ਉਹਨਾਂ ਨੇ ਕਿਹਾ ਵੀ ਇਹ ਅਮਰਿੰਦਰ ਸਿੰਘ ਦੀ ਆਪਾਂ ਗੱਲ ਜੇ ਕੋਟ ਕਰੀਏ ਵੀ ਨਵਜੋਤ ਸਿੰਘ ਸਿੱਧੂ ਸੋਚਣ ਤੋਂ ਪਹਿਲਾਂ ਬੋਲ ਜਾਂਦਾ, ਤਾਂ ਹੀ ਉਹ ਜਿਹੜਾ ਕੌਣ ਕੈਪਟਨ ਉਹ ਬਿਆਨ ਉਹ ਬਿਨਾਂ ਮਤਲਬ ਤੋਂ ਇੰਨਾ ਚਰਚਿਤ ਹੋ ਗਿਆ। ਨਹੀਂ, ਕੌਣ ਕੈਪਟਨ ਵਾਲਾ ਬਦਨਾਮ ਬਿਆਨ ਨੂੰ ਜੇ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਦੇ ਸੀ ਵੀ ਉਹਨੂੰ ਸਾਰੇ ਨੂੰ ਤੋੜ ਪਰੋੜ ਕੇ ਪੇਸ਼ ਕੀਤਾ ਗਿਆ, ਪਰ ਸਿਮਿਲਰਲੀ ਅਸੀਂ ਇੱਕ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ,
ਸੁਪਰੀਮ ਕੋਰਟ ਦੇ ਵਿੱਚ ਜਿਹੜਾ ਐਕਸੀਡੈਂਟ ਦਾ ਕੇਸ ਨਵਜੋਤ ਸਿੱਧੂ ਦੇ ਖਿਲਾਫ ਚੱਲਦਾ ਸੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਧਿਰਾਂ ਦੀ ਕਾਂਗਰਸ ਦੇ ਬੰਦਿਆਂ ਦੀ ਵਿਰੋਧੀਆਂ ਦੀ ਕੀ ਭੂਮਿਕਾ ਰਹੀ ਅਸੀਂ ਉਸ ਗੱਲ ਨੂੰ ਕਿਉਂ ਭੁੱਲ ਜਾਂਦੇ ਹਾਂ ਜਿਹੜੇ ਮਿਨਿਸਟਰ ਨਵਜੋਤ ਸਿੱਧੂ ਦਾ ਅਸਤੀਫਾ ਮੰਗਦੇ ਸੀ ਵੀ ਉਹਨੇ ਕੌਣ ਕੈਪਟਨ ਕਿਹਾ ਉਹਨਾਂ ਨੇ ਉਹਦੇ ਨਾਲ ਵੀ ਸਰਕਾਰ 'ਤੇ ਇੱਕ ਸਵਾਲ ਚੁੱਕਿਆ ਵੀ ਸਰਕਾਰੀ ਵਕੀਲ ਕੌਣ ਹੁੰਦਾ ਉੱਥੇ ਕਹਿਣ ਵਾਲਾ ਵੀ ਉਹਨੂੰ ਉਹੀ ਸਜ਼ਾ ਦਿੱਤੀ ਜਾਵੇ ਜੋ ਹਾਈ ਕੋਰਟ ਨੇ ਦਿੱਤੀ ਹੈ ਬਿਲਕੁਲ ਇਹ ਬੈਲੈਂਸ ਤਾਂ ਬਣਾਉਣਾ ਪਊ ਨਾ ਹਾਂਜੀ ਹਾਂਜੀ ਠੀਕ ਹੈ ਉਦੋਂ ਤਾਂ ਕੋਈ ਕੁਐਸਚਨ ਨਹੀਂ ਹੁੰਦਾ ਹਾਂ ਤੇ ਉਹ ਅਸੀਂ ਪਿਛੋਕੜ ਕਿਵੇਂ ਭੁੱਲ ਜਾਂਦੇ ਹਾਂ ਵੀ ਲਵ ਹੈਂਡ ਲਵ ਹੇਟ ਵਾਲੇ ਰਿਲੇਸ਼ਨਸ਼ਿਪ ਜਿਹੜੀ ਆ ਉਹ ਚੱਲ ਰਹੀ ਹੈ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਦਰਮਿਆਨ ਬਹੁਤ ਮਿਹਰਬਾਨੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਔਰ ਬੜੇ ਬੇਬਾਕੀ ਦੇ ਨਾਲ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਸਾਨੂੰ ਬੜਾ ਪ੍ਰਾਊਡ ਹੈ ਸਮੁੱਚੇ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਕਿ ਉਹਨਾਂ ਕੋਲ ਦਵਿੰਦਰ ਪਾਲ ਹੈ ਜਿਹੜੀ ਡਿੱਗ ਕਰਨ ਵਾਲੀ ਸਟੋਰੀ ਔਰ ਉਹ ਖੜਕਾ ਕੇ ਜਿਹੜਾ ਜੀ ਉਹ ਲਿਖ ਦਿੰਦੇ ਨੇ ਆਹ ਗਲਤ ਆ ਸਹੀ ਹੈ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ ਧੰਨਵਾਦ ਜੀ ਇਹ ਸਨ ਜੀ ਦਵਿੰਦਰ ਪਾਲ ਜੀ ਜਿਹੜੇ ਕਿ ਟ੍ਰਿਬਿਊਨ ਅਦਾਰੇ ਦੇ ਨਾਲ ਕੰਮ ਕਰਦੇ ਨੇ ਔਰ ਉਹਨਾਂ ਦੀਆਂ ਰਿਪੋਰਟ ਜਿਹੜੀਆਂ ਨੇ ਉਹ ਹਮੇਸ਼ਾ ਹੀ ਮੇਰੇ ਵਰਗੇ ਜਿਹੜੇ ਪੱਤਰਕਾਰ ਜੀ ਅਸੀਂ ਉਹਨਾਂ ਦਾ ਸਹਾਰਾ ਲੈਂਦੇ ਉਹਨਾਂ ਰਿਪੋਰਟਸ ਦਾ ਮੈਨੂੰ ਇਹ ਮੰਨਣ ਦੇ ਵਿੱਚ ਕੋਈ ਹਿਚਕਚਾਹਟ ਜਿਹੜੀ ਉਹ ਨਹੀਂ ਹੈ ਪ੍ਰੋਗਰਾਮ ਵੇਖਣ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫ਼ਤੇ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ ਤਦ ਤੱਕ ਲਈ ਇਜਾਜ਼ਤ ਦਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ